नमस्कार, सत श्री अकाल। हैलो ग्लोबल पंजाब शो च नॉर्थ अमेरिका दे ग्लोबल पंजाब टीवी अते कैनेडा दे चैनल पंजाबी दे दर्शकों का अज भी स्वागत है। अज आपां बड़े दिनों बाद गलबात कर रहे हैं। एक गैर हाजिरी मेरिया कुछ सेहत दियां मजबूरियां करके सी। बहुत साल पहलों एक सड़क हादसे करके मैनू हिप सर्जरी यानी हिप रिप्लेसमेंट करवानी पई सी। 10 साल पहलों ऑपरेशन होया सी। इस जॉइंट की म्याद पूरी होने करके ये सर्जरी हुण दोबारा करवानी पई है। हुण मेरी कोशिश होगी कि हुण आपां ये प्रोग्राम लगातार रोज़ कर सकीए, क्योंकि आपां बहुत दिनों बाद गलबात कर रहे हैं। सो अज आपां मौजूदा पंजाब के हालातों पर एक झाती मारांगे। पर उस तो पहलों मैनू ये दस के बेहद खुशी है कि हुण नॉर्थ अमेरिका के सारे दर्शक इस शो नू सारे हिस्सों च लाइव देख सकते हैं। लाइव शो जिवें आपां अगे दसदे हुंदे सी, नॉर्थ अमेरिका के पैसिफिक टाइम मुताबिक शामी 5:30 बजे अते ईस्टर्न टाइम मुताबिक शामी 8:30 बजे मंडे तो फ्राइडे देख सकते हैं, देख सकते और हिस्सा भी ले सकते हैं। दुनिया के दूजे हिस्सों च इस शो नू ग्लोबल पंजाब टीवी की वैबसाइट राही देखा जा सकता वा। भारतीय समय अनुसार ये शो सवेरे 6 से 7 बजे लाइव हुंदा वा। सो हुण आने आपां अज दे मसले ते। पंजाब च इस वेले सियासत जिहड़ी आ पूरी तरह सरगर्म आ। मैं जदों हॉस्पिटल भी सी ते मैं उहदे ते जिहड़ी सियासत जो हो रही सी उहदे ते पूरी निगाह रखी सी, निगाह टिकाई सी। पाणियां दे मसले नूं लै के तुसीं खबरां पढ़ियां होणियां। अकाली भाजपा ने क्रैडिट लैण की पूरी कोशिश की है। जिवें तुहानूं पता ही है कि 2004 च कैप्टन अमरिंदर सिंह ने बाकी राज्यां नाल SYL नहर नाल संबंधित पाणियां दीआं संधियां नूं रद्द करके किसानां दी जिहड़ी है पंजाब दे किसानां दी हमदर्दी काफ़ी हद तक ਲਈ ਸੀ। ਅਕਾਲੀ ਭਾਜਪਾ ਨੇ SYL ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਦੇਣ ਸੰਬੰਧੀ ਜਿਹੜਾ ਅਸੈਂਬਲੀ 'ਚ ਇੱਕ ਬਿੱਲ ਪਾਸ ਕੀਤਾ ਵਾ, ਜ਼ਾਹਿਰ ਹੈ ਕਿ ਇਹ ਇਸ ਕਰਕੇ ਕੀਤਾ ਸੋ ਦੈਟ ਅਕਾਲੀ ਭਾਜਪਾ ਅਮਰਿੰਦਰ ਸਿੰਘ ਤੋਂ ਕ੍ਰੈਡਿਟ ਲੈ ਸਕੇ, ਖੋ ਸਕੇ ਇੱਕ ਤਰੀਕੇ ਨਾਲ। ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਹੈ ਕਿ ਪੰਜਾਬ ਕੋਲ ਦੂਜੇ ਰਾਜਾਂ ਨੂੰ ਪਾਣੀ ਦੇਣ ਵਾਸਤੇ ਨਹੀਂ ਹੈ, ਪਰ ਕਿਉਂਕਿ ਉਹਨਾਂ ਦਾ ਪਿਛੋਕੜ ਹਰਿਆਣਾ ਤੋਂ ਆ, ਬਾਕੀ ਪਾਰਟੀਆਂ ਆਪ ਨੂੰ ਪਾਣੀਆਂ ਦੇ ਮਸਲੇ 'ਤੇ ਘੇਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀਆਂ। ਉੱਧਰ ਆਮ ਆਦਮੀ ਪਾਰਟੀ ਬੇਹੱਦ ਸਰਗਰਮ ਹੈ। ਪਿਛਲੇ 3 ਮਹੀਨਿਆਂ ਦੇ ਵਿੱਚ ਕਰੀਬ ਮੇਰੇ ਖਿਆਲ ਅਰਵਿੰਦ ਕੇਜਰੀਵਾਲ ਪੰਜਾਬ ਦੇ ਘੱਟੋ ਘੱਟ 3 ਗੇੜੇ ਮਾਰ ਚੁੱਕੇ ਆ। ਪਹਿਲਾਂ ਉਹ ਕਿਸਾਨਾਂ ਦਾ ਹਾਲ ਪੁੱਛਣ ਆਏ ਸਨ, ਫਿਰ ਮਾਘੀ ਦੇ ਮੌਕੇ ਉਹਨਾਂ ਇੱਕ ਸਿਆਸੀ ਕਾਨਫਰੰਸ 'ਚ ਸ਼ਿਰਕਤ ਵੀ ਕੀਤੀ। ਪਿੱਛੇ ਜੇ ਉਹ ਡੇਰਾ ਬੱਲਾਂ ਵੀ ਗਏ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਪਰਿਵਾਰ ਜੋੜੋ ਮੁਹਿੰਮ ਚਲਾ ਰਹੀ ਹੈ। ਇਹਦਾ ਜਿਹੜਾ ਯੂਥ ਵਿੰਗ ਆ ਆਪ ਦਾ, ਉਹ ਨਵਾਂ ਪੰਜਾਬ ਮਾਰਚ ਲੈ ਕੇ ਥਾਂ ਥਾਂ ਜਾ ਰਿਹਾ ਵਾ। ਅੱਜ ਉਹਦੀ ਵੈਸੇ ਸਮਾਪਤੀ ਆ। ਹੁਣ ਇਸ ਤੋਂ ਬਾਅਦ ਪੰਜਾਬ ਡਾਇਲੋਗ ਉਹ ਸ਼ੁਰੂ ਕਰਨ ਦੀ ਤਿਆਰੀ 'ਚ ਆ। ਉੱਧਰ ਕਾਂਗਰਸ ਦੇ ਮੰਨੇ ਪ੍ਰਮੰਨੇ ਸਿਆਸੀ ਮਾਹਰ, ਜਿਹਨੂੰ ਆਪਾਂ ਅੰਗਰੇਜ਼ੀ 'ਚ ਸਟ੍ਰੈਟਜਿਸਟ ਕਹੀਦਾ, ਪ੍ਰਸ਼ਾਂਤ ਕਿਸ਼ੋਰ, ਕਾਂਗਰਸ ਨੇ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਵਾ ਉਹ ਹਾਸਿਲ ਕੀਤੀਆਂ ਵਾ। ਪ੍ਰਸ਼ਾਂਤ ਕਿਸ਼ੋਰ ਦਾ ਬਿਹਾਰ ਦੀਆਂ ਚੋਣਾਂ 'ਚ ਮਹਾਂਗਠਬੰਧਨ ਦੀ ਕਾਮਯਾਬੀ ਪਿੱਛੇ ਕਾਫੀ ਵੱਡਾ ਹੱਥ ਦੱਸਿਆ ਜਾਂਦਾ ਵਾ। ਇਹ ਵੀ ਕਿਹਾ ਵਾ ਜਾਂਦਾ ਵਾ ਕਿ ਇਹਨਾਂ ਨਰਿੰਦਰ ਮੋਦੀ ਦੀ ਕਾਮਯਾਬੀ ਵਿੱਚ ਵੀ ਇੱਕ ਵੱਡਾ ਹਿੱਸਾ ਪਾਇਆ ਸੀ। ਪ੍ਰਸ਼ਾਂਤ ਕਿਸ਼ੋਰ ਦੀ ਕੋਸ਼ਿਸ਼ ਹੈ ਕਿ ਅਮਰਿੰਦਰ ਸਿੰਘ ਨੂੰ ਲੋਕਾਂ ਦੇ ਰੂਬਰੂ ਕਰਵਾਇਆ ਜਾਏ, ਤਾਂ ਕਿ ਜਿਹੜੀ ਅਮਰਿੰਦਰ ਸਿੰਘ ਦੀ ਲੋਕਾਂ 'ਚ ਨਾਮ ਵਿਚਰਨ ਦੀ ਛਵੀ ਹੈ, ਨਾਮ ਵਿਚਰਨ ਦੀ ਇਮੇਜ ਹੈ, ਵੀ ਉਹ ਐਕਸੈਸੀਬਲ ਨਹੀਂ ਹੈਗੇ, ਉਹਨੂੰ ਇੱਕ ਤਰੀਕੇ ਨਾਲ ਬਦਲਿਆ ਜਾ ਸਕੇ। ਇਸ ਪੋਲਿਸੀ ਤਹਿਤ ਉਹ ਅਮਰਿੰਦਰ ਸਿੰਘ ਦੀਆਂ ਥਾਂ ਥਾਂ ਮੀਟਿੰਗਾਂ ਕਰਵਾ ਰਹੇ ਆ। ਸੋ ਇਹ ਤਾਂ ਹੋ ਗਿਆ ਆਪ ਅਤੇ ਕਾਂਗਰਸ ਦੀ ਹਾਲਤ। ਉੱਧਰ ਅਕਾਲੀ ਭਾਜਪਾ ਸੱਤਾ ਦਾ ਫਾਇਦਾ ਪੂਰੀ ਤਰ੍ਹਾਂ ਆਪਾਂ ਵੇਖ ਹੀ ਰਹੇ ਹਾਂ, ਉਠਾ ਰਹੀ ਹੈ। ਵੱਖਰੀਆਂ ਵੱਖਰੀਆਂ ਸਕੀਮਾਂ ਤਹਿਤ ਲੋਕਾਂ ਤੱਕ ਫੰਡਸ ਪਹੁੰਚਾਏ ਜਾ ਰਹੇ ਆ। ਪੰਜਾਬ ਦੇ ਵੱਖਰੇ ਵੱਖਰੇ ਵਰਗਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਯਾਦਗਾਰਾਂ ਵੀ ਬਣਾਈਆਂ ਜਾ ਰਹੀਆਂ। ਪਹਿਲਾਂ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣੀ ਸੀ। 2 ਦਿਨ ਪਹਿਲਾਂ ਅਕਾਲੀ ਦਲ ਨੇ ਗੁਰੂ ਰਵਿਦਾਸ ਦੀ ਯਾਦ 'ਚ ਇੱਕ ਮੈਮੋਰੀਅਲ ਦਾ ਉਦਘਾਟਨ ਕੀਤਾ ਵਾ। ਮੁੱਖ ਮੰਤਰੀ ਖੁਦ ਉੱਥੇ ਪਹੁੰਚੇ ਸੀਗੇ। ਇਹ ਯਾਦਗਾਰ ਹੁਸ਼ਿਆਰਪੁਰ ਦੀ ਗੜਸ਼ੰਕਰ ਤਹਿਸੀਲ 'ਚ, ਖੁਰਾਲਗੜ੍ਹ ਪਿੰਡ ਹੈ ਜਿਹੜਾ, ਉੱਥੇ 18 ਏਕੜ ਦੀ ਜ਼ਮੀਨ 'ਤੇ ਬਣਾਇਆ ਜਾ ਰਿਹਾ ਵਾ ਅਤੇ ਇਹਦੇ 'ਤੇ ਕਰੀਬ 100 ਕਰੋੜ ਤੋਂ ਵੱਧ, ਐਗਜੈਕਟ ਅਮਾਊਂਟ ਮੇਰੇ ਖਿਆਲ 110 ਕਰੋੜ ਆ, ਇਹ ਖਰਚ ਕੀਤਾ ਜਾ ਰਿਹਾ। ਜ਼ਾਹਿਰ ਹੈ ਕਿ ਇਹ ਵਾਲਮੀਕੀ ਭਾਈਚਾਰੇ ਨੂੰ ਜੋੜਨ ਵਾਸਤੇ, ਆਪਣੇ ਨਾਲ ਜੋੜਨ ਵਾਸਤੇ ਕੀਤਾ ਜਾ ਰਿਹਾ, ਤਾਂ ਕਿ ਇਹ ਵੋਟ ਆਪ ਨੂੰ ਜਾਂ ਕਾਂਗਰਸ ਨੂੰ ਨਾ ਪਵੇ। ਕਈ ਸਵਾਲ ਉੱਠਦੇ ਆ ਇਸ ਹਾਲਾਤ ਜੋ ਮੈਂ ਤੁਹਾਨੂੰ ਸਿਆਸੀ ਹਾਲਾਤ ਇਸ ਵੇਲੇ ਦੱਸੇ ਆ,
ਕੀ ਅਕਾਲੀ ਭਾਜਪਾ ਦੀ ਪਾਣੀਆਂ ਦੀ ਅਤੇ ਯਾਦਗਾਰਾਂ ਦੀ ਨੀਤੀ ਰੰਗ ਲਿਆ ਸਕਦੀ ਹੈ? ਕੀ ਇਹਨਾਂ ਮਸਲਿਆਂ ਕਰਕੇ ਲੋਕ ਇਸ ਗੱਠਜੋੜ ਦੇ 9 ਸਾਲਾਂ ਦਾ ਰਾਜ ਜਾਂ 9 ਸਾਲਾਂ ਜੋ ਕੁਝ ਹੋਇਆ ਜਾਂ ਨਹੀਂ ਹੋਇਆ ਕੀ ਉਹਨੂੰ ਭੁੱਲ ਜਾਣਗੇ? ਸੋ ਇਹ ਤਾਂ ਇੱਕ ਐਸਪੈਕਟ ਹੈ ਇਹਦੇ 'ਤੇ ਮੈਂ ਤੁਹਾਡੇ ਵਿਚਾਰ ਵੀ ਜਾਣਨਾ ਚਾਹੂੰਗਾ। ਕੀ ਪ੍ਰਸ਼ਾਂਤ ਕਿਸ਼ੋਰ ਅਮਰਿੰਦਰ ਸਿੰਘ ਨੂੰ ਇੱਕ ਨਵੀਂ ਇਮੇਜ ਦੇ ਸਕਣਗੇ? ਇਹ ਦੂਜਾ ਮਸਲਾ। ਕੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਆਪ ਪਾਣੀਆਂ ਵਰਗੇ ਅਹਿਮ ਮਸਲੇ 'ਤੇ ਕਿਸਾਨਾਂ ਨੂੰ ਆਪਣੇ ਪੱਖ 'ਚ ਕਰ ਸਕਣਗੇ? ਇਹ ਮਸਲੇ ਉੱਤੇ ਅਸੀਂ ਤੁਹਾਡੇ ਵਿਚਾਰ ਵੀ ਜਾਣਨੇ ਚਾਹਾਂਗੇ। ਮਸਲਾ ਇਹ ਹੈ ਕਿ ਪੰਜਾਬ ਦੀ ਰਾਜਨੀਤੀ ਇਸ ਵੇਲੇ ਵੇਖਿਆ ਜਾਵੇ, ਜਿਹੜੀ ਪੰਜਾਬ ਦੀ ਇਸ ਵੇਲੇ ਜਿਹੜੀ ਰਾਜਨੀਤੀ ਹੈ ਉਹ ਕਿਹੜੇ ਪਾਸੇ ਜਾ ਰਹੀ ਹੈ? ਹਾਲੀ ਚੋਣਾਂ ਨੂੰ ਆਪਾਂ ਪਤਾ ਹੀ ਆ ਕਿ 10 ਮਹੀਨੇ ਕਰੀਬ ਕਰੀਬ ਪਏ ਆ। ਸੋ ਇਹ 10 ਮਹੀਨਿਆਂ ਦੇ ਵਿੱਚ ਇਸ ਵੇਲੇ ਰਾਜਨੀਤੀ ਕਿੱਥੇ ਖੜ੍ਹੀ ਆ ਅਤੇ ਕਿਸ ਪਾਸੇ ਉਹ ਜਾਂਦੇ ਆਉਂਦੇ ਆ ਨਾ, ਵੀ ਊਠ ਕਿਹੜਾ ਕਰਵਟ ਲੈ ਸਕਦਾ ਵਾ, ਇਹ ਇਸ ਵੇਲੇ ਸਵਾਲ ਬਣਿਆ ਹੋਇਆ। ਕੁਝ ਸੱਜਣ ਸਾਡੇ ਨਾਲ ਆਲਰੇਡੀ ਜੁੜ ਗਏ ਆ, ਦੇਖਦੇ ਹਾਂ ਉਹ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ, ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ ਸਿੱਧੂ ਸਾਹਿਬ, ਥੈਂਕ ਯੂ ਜੀ, ਤੁਹਾਨੂੰ ਦੇਖ ਕੇ ਬਹੁਤ ਬਾਗੋ ਬਾਗ ਹੋ ਗਈਆਂ ਸਿਹਤਾਂ, ਤੁਹਾਡੀ ਸਿਹਤ ਵੀ ਸਹੀ ਰਵੇ। ਮੈਂ ਸੁੱਚਾ ਸਿੰਘ ਲਵਾਣਾ ਕੋਲੰਬਸ ਆਇਓ ਤੋਂ ਬੋਲ ਰਿਹਾ। ਹਾਂਜੀ ਹਾਂਜੀ ਲਵਾਣਾ ਜੀ, ਸਵਾਗਤ ਹੈ ਜੀ, ਬੜੀ ਤੁਹਾਡੀ ਆਵਾਜ਼ ਸੁਣ ਕੇ ਬਹੁਤ ਮਜ਼ਾ ਆਇਆ, ਥੈਂਕ ਯੂ ਵੈਰੀ ਮਚ। ਮੈਂ ਬੜਾ ਉਤਾਵਲਾ ਸੀ ਇੰਨੇ ਦਿਨਾਂ ਦੀ ਤੁਹਾਡੀ ਆਵਾਜ਼ ਸੁਣਨ ਨੂੰ। ਹਾਂਜੀ ਹਾਂਜੀ, ਥੈਂਕ ਯੂ ਜੀ, ਪਰ ਹੁਣ ਇਹ ਮਸਲਾ ਵੀ ਹੋ ਗਿਆ ਤੇ ਚੈਨਲ ਨੂੰ ਤੁਹਾਡੇ ਤੋਂ ਬਿਨਾਂ ਲੱਗਦਾ ਸੀ ਸੁਣਨਾ ਤੇ ਅੱਜ ਦੇ ਮਸਲੇ ਬਾਰੇ ਮੈਂ ਇੰਨਾ ਹੀ ਕਹਿਣਾ, ਤੁਸੀਂ ਵਾਪਸ ਆ ਗਏ ਆ, ਮੇਰੀਆਂ ਆਸਾਂ ਦੁਬਾਰੇ ਜਿੰਦੀਆਂ ਹੋ ਗਈਆਂ ਨੇ ਕਿ ਤੁਸੀਂ ਇਹ ਕਾਲੀ ਜ਼ੁਲਮ ਤੋਂ ਅਜਮੇਰ ਸਿੰਘ ਢਿੱਲੋਂ, ਹਰਚਰਨ ਸਿੰਘ ਢਿੱਲੋਂ ਜਿਹੜਾ PWD ਦੇ ਮੰਤਰੀ ਆ, ਜਿਹਨਾਂ ਨੇ ਸਾਡੀਆਂ ਜ਼ਮੀਨਾਂ ਦੱਬੀਆਂ ਹੋਈਆਂ ਨੇ, ਹੁਣ ਤੁਸੀਂ ਸਾਡੀ ਸੱਚ ਦੀ ਆਵਾਜ਼ ਨੂੰ ਉੱਪਰ ਚੱਕੋਗੇ? ਤੁਹਾਡੇ ਤੋਂ ਬਿਨਾਂ ਇਸ ਤਰ੍ਹਾਂ ਲੱਗਦਾ ਸੀ ਕਿ ਹੁਣ ਸਾਡੀ ਜਿਹੜੀ ਆਵਾਜ਼ ਸੱਚ ਦੀ ਆਵਾਜ਼ ਆ, ਇਹ ਫੇਰ ਅਕਾਲੀਆਂ ਦੇ ਜ਼ੁਲਮ ਦੇ ਵਿੱਚ ਫੇਰ ਚਲੇ ਜਾਣੀ ਆ, ਕਿ ਇੱਕ ਸੱਚਾ ਬੰਦਾ ਫੇਰ ਖਰਾ ਗਾਇਬ ਹੀ ਹੋ ਗਏ। ਲਵਾਣਾ ਜੀ ਵੇਖੋ, ਇਸ ਤਰ੍ਹਾਂ ਵਾ, ਬਹੁਤ ਅੱਛਾ ਲੱਗਿਆ ਜੀ, ਮਿਹਰਬਾਨੀ ਮਿਹਰਬਾਨੀ। ਇਸ ਤਰ੍ਹਾਂ ਵਾ, ਕੋਸ਼ਿਸ਼ ਜਿਹੜੀ ਹੈ ਨਾ, ਦੇਖੋ ਅਸੀਂ ਤਾਂ ਇਸ ਮੁਹਿੰਮ ਦੇ ਵਿੱਚ ਜੁੜੇ ਹੀ ਹਾਂ, ਕਿਉਂਕਿ ਇਹ ਮੁਹਿੰਮ ਇੱਕ ਆਰਡਨਰੀ ਮੁਹਿੰਮ ਨਹੀਂ ਹੈ। ਜੇ ਕੋਈ ਕਹੇ ਨਾ ਵੀ ਇੱਕ ਸਿਆਸੀ ਪਾਰਟੀ ਜੁੜ ਗਿਆ ਕੋਈ ਜਾਂ ਦੂਜੀ ਸਿਆਸੀ ਪਾਰਟੀ ਜੁੜ ਗਿਆ, ਇਸ ਵੇਲੇ ਇੱਕ ਨਵਾਂ ਮੇਰੇ ਹਿਸਾਬ ਨਾਲ ਬਦਲਾਵ, ਨਵਾਂ ਇਨਕਲਾਬ ਲਿਆਉਣ ਦੀ ਲੋੜ ਆ। ਔਰ ਇਹਦੇ 'ਚ ਮੇਰੇ ਖਿਆਲ ਆਪਾਂ ਨੂੰ ਹਰ ਬੰਦੇ ਨੂੰ, ਇਨਸਾਨ ਨੂੰ, ਸ਼ਖਸ ਨੂੰ ਕਿਸੇ ਨਾ ਕਿਸੇ ਪਾਸਿਓਂ ਹਿੱਸਾ ਜ਼ਰੂਰ ਪਾਉਣਾ ਪੈਣਾ ਵਾ। ਤੁਸੀਂ ਬਾਹਰ ਬੈਠੇ ਜੇ ਉੱਥੋਂ ਜਿਵੇਂ ਤੁਸੀਂ ਇਹ 'ਚ ਹਿੱਸਾ ਪਾ ਸਕਦੇ ਜੇ, ਉਹਨਾਂ ਨੂੰ ਜ਼ਰੂਰ ਪਾਉਣਾ ਚਾਹੀਦਾ ਵਾ। ਇਹ ਮੈਂ ਇਸ ਕਰਕੇ ਕਹਿੰਦਾ ਵਾਂ ਵੀ ਇਹ ਮਸਲੇ ਇੰਨੇ ਗੰਭੀਰ ਆ, ਇਸ ਵੇਲੇ ਜਿੰਨਾ ਚਿਰ ਤੱਕ ਆਪਾਂ ਸਾਰੇ ਇਹਦੇ 'ਚ ਹੱਥ ਨਹੀਂ ਵੰਡਾਵਾਂਗੇ ਉਹਨਾਂ ਚਿਰ ਤੱਕ ਗੱਲ ਬਣਨੀ ਨਹੀਂ। ਸੋ ਬਹੁਤ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰੀਏ ਲਵਾਣਾ ਜੀ, ਔਰ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਆਪਾਂ ਇੱਕ ਦੂਜੇ ਨਾਲ ਗੁਫ਼ਤਗੂ ਕਰਦੇ ਰਵਾਂਗੇ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੈਂ ਸੈਕਰਾਮੈਂਟੋ ਤੋਂ ਪੇਸ਼ਰ ਬੋਲ ਰਿਹਾ ਜੀ, USA ਤੋਂ। ਸੈਕਰਾਮੈਂਟੋ USA ਤੋਂ ਕੌਣ ਜੀ? ਕੇਸਰ ਸਿੰਘ ਬੋਲ ਰਿਹਾ ਜੀ। ਹਾਂਜੀ ਕੇਸਰ ਸਿੰਘ ਜੀ, ਮੇਰੇ ਖਿਆਲ ਆਵਾਜ਼ ਮੈਨੂੰ ਤੁਹਾਡਾ ਨਾਮ ਠੀਕ ਸੁਣਿਆ ਨਾ, ਕੇਸਰ ਸਿੰਘ? ਹਾਂਜੀ ਬਿਲਕੁਲ ਠੀਕ ਹੈ। ਪਹਿਲੇ ਤੇ ਵਧਾਈ ਹੈ ਤੁਹਾਨੂੰ ਕਿ ਤੁਸੀਂ ਆ ਤੁਹਾਡੇ ਦਰਸ਼ਨ ਹੋਏ, ਪਹਿਲੀ ਮੁਬਾਰਕ ਹੈ। ਮਿਹਰਬਾਨੀ ਭਾਈ ਸਾਹਿਬ, ਬਹੁਤ ਮਿਹਰਬਾਨੀ, ਔਰ ਪਰਮਾਤਮਾ ਤੁਹਾਨੂੰ ਰਾਜ਼ੀ ਰੱਖੇ। ਰਸ ਆ ਗਿਆ ਹੁਣ ਗਲੋਬਲ TV ਦੇ ਵਿੱਚ, ਰਸ ਚਲਾ ਗਿਆ ਸੀ ਥੋੜਾ ਜਿਹਾ। ਮਿਹਰਬਾਨੀ, ਨਹੀਂ ਜੀ ਨਹੀਂ, ਕੋਈ ਤੁਸੀਂ ਜਿੰਨਾ ਚਿਰ ਤੱਕ ਜੁੜੇ ਜੇ ਉਹਨਾਂ ਚਿਰ ਤੱਕ ਗਲੋਬਲ TV ਦਾ ਰਸ ਨਹੀਂ ਜਾਂਦਾ, ਤੁਸੀਂ ਜੁੜੇ ਰਹੋ। ਰਸ ਜਿਹੜੇ ਆ ਨੇਕ ਇਨਸਾਨਾਂ ਦੇ ਨਾਲ, ਜਿਹੜੇ ਅੱਛੇ ਰਹਿਨੁਮਾ ਹੁੰਦੇ ਨੇ ਉਹਨਾਂ ਦੇ ਨਾਲ ਰਸ ਬਣਿਆ ਰਹਿੰਦਾ। ਬਿਲਕੁਲ ਠੀਕ ਹੈ ਕੇਸਰ ਸਿੰਘ ਜੀ। ਦੱਸੋ ਹੁਣ ਇਸ ਵੇਲੇ ਤੁਹਾਨੂੰ ਕੀ ਲੱਗਦਾ ਵਾ ਵੀ ਆਪਣਾ ਜਿਹੜਾ ਸਿਆਸੀ ਜਿਹੜਾ ਸਿਸਟਮ ਬਣਿਆ ਵਾ ਇਹ ਕਿੱਧਰ ਨੂੰ ਜਾ ਰਿਹਾ ਵਾ ਔਰ ਕੀ ਕਰਨ ਦੀ ਲੋੜ ਆ? ਇਹਦੇ ਵਿੱਚ ਆਟੋਮੈਟਿਕ ਪਰਿਵਰਤਨ ਆ ਜਾਣ, ਲੋਕ ਜਾਗ ਗਏ ਨੇ, ਔਰ ਇਹ ਪਰਿਵਰਤਨ ਜ਼ਰੂਰੀ ਹੈ ਔਰ ਪਰਿਵਰਤਨ ਹੋਏਗਾ। ਬਾਕੀ ਬਹੁਤ ਰਾਜਨੀਤਿਕ ਪਾਰਟੀਆਂ ਨੂੰ ਗਲਤ ਫਹਿਮੀ ਚੱਲ ਰਹੀ ਹੈ, ਪਰ ਉਹ ਗਲਤ ਫਹਿਮੀ ਉਹਨਾਂ ਦੀ ਦੂਰ ਹੋ ਜਾਏਗੀ। ਓਕੇ, ਸੋ ਤੁਹਾਨੂੰ ਲੱਗਦਾ ਵਾ ਪਰਿਵਰਤਨ ਜਿਹੜਾ ਵਾ ਉਹ ਆਉਣਾ ਹੀ ਆਉਣਾ ਵਾ? ਪਰਿਵਰਤਨ ਜ਼ਰੂਰ ਆਏਗਾ ਜੀ, ਅਵਸ਼ ਆਏਗਾ। ਪਰਿਵਰਤਨ ਵਾਸਤੇ ਜਿਹੜੇ ਲੋਕ ਨੇ ਉਹ ਬੜੇ ਸਮਝਦਾਰ ਰੱਖਦੇ ਨੇ, ਪਰ ਕਹਿਣਾ ਨਹੀਂ ਕੁਛ ਕਹਿੰਦੇ, ਕਿਉਂਕਿ ਸਮੇਂ ਜਿਹੜਾ ਬਹੁਤ ਤਗੜਾ ਸਮੇਂ ਬਲਵਾਨ ਹੈ, ਟਾਈਮ ਜਿਹੜਾ ਪਾਵਰਫੁੱਲ ਹੈ, ਟਾਈਮ ਨੇ ਆਪਣੇ ਆਪ ਦੱਸ ਦੇਣਾ ਕਿ ਪਰਿਵਰਤਨ ਕਿਸ ਤਰ੍ਹਾਂ ਆ ਰਿਹਾ, ਕੈਸੇ ਹੈ। ਹੋ ਗਿਆ, ਮਿਹਰਬਾਨੀ ਮਿਹਰਬਾਨੀ ਕੇਸਰ ਸਿੰਘ ਜੀ। ਵਾਕਈ ਲੋਕਾਂ ਦੀ ਤਾਕਤ ਜਿਹੜੀ ਹੈ ਨਾ, ਵੋਟ ਦੀ ਤਾਕਤ ਬਹੁਤ ਹੁੰਦੀ ਆ। ਆਪਾਂ ਪਿੱਛੇ ਜੇ ਦੇਖਿਆ ਵਾ ਅਮੈਰੀਕਾ 'ਚ ਵੀ ਇਸ ਵੇਲੇ ਜਿਹੜਾ ਰਾਸ਼ਟਰਪਤੀ ਦੀਆਂ ਚੋਣਾਂ ਦਾ ਸਿਸਟਮ ਪੂਰਾ ਸਰਗਰਮ ਆ, ਅਤੇ ਪਿੱਛੇ ਜੇ ਵੇਖਿਆ ਆਪਾਂ ਵੀ ਕੈਨੇਡਾ ਦੇ ਵਿੱਚ ਕਿੰਨੇ ਸਾਲਾਂ ਬਾਅਦ ਇੱਕ ਟੋਟਲ ਚੇਂਜ ਆ ਗਈ, ਟੋਟਲ ਪਰਿਵਰਤਨ ਆ ਗਿਆ, ਔਰ ਜਸਟਿਨ ਟਰੂਡੋ ਦੀ ਸਰਕਾਰ ਜਿਹੜੀ ਆ ਉਹ ਆਈ ਆ।
जिहड़ी एक अपने पंजाबियों वास्ते हिंदुस्तानियों वास्ते बहुत माण फख्र की गल है। वो बिल्कुल जस्टिस टूडू ने उदन ठीक ही किया ना, किसी ने उन्होंने पूछा भी तुहाडे पंजाबी किन्ने आ, तुहाडी कैबिनेट दे विच किन्ने सिख आ, तो उन्होंने कहा भी मेरे को मोदी की कैबिनेट जनरलों ज़्यादा सिख है मेरी कैबिनेट के। सो वाकई यहोजा परिवर्तन जोड़ा वा कोई अंदाजा भी नहीं ला सकता अज तो 100 साल पहलों, जो कामा घाटा मारू जहाज़ जलों वैनकूवर के नेड़े उत्थे उन्होंने नहीं उत्थे डॉक होन दिता गया, उन्होंने उत्थे नहीं पहुँचन दिता गया, उन्होंने वापस पहुँचा दिता। सो उस ही धरती दे 100 साल के वेखो कि वड्डा तब्दीली आ गई भी उत्थे अपने बंदे जिहड़े आ वो राज भाग जिहड़ा वा उन्होंने उन्होंने हाथ च आ। पर मैं राज भाग नहीं कहूँगा क्योंकि जिम्मेवारी होंदी है बहुत, और साडे इत्थे भी इह सरकार इहो जी दी लोड़ आ। असीं कहिंदे ते रहिंदे आ कि राज नहीं सेवा, पर आपां सारिआं नूं पता ही आ भी किहो जी इत्थे लोकां दी सेवा हो रही। सो वाकई आपां इक सेवा भाग वाला जिहड़ा राज आ जां जिहड़े सत्ता वा सत्ता च लोक जिहड़े आ उहनां नूं लै के आउणा वा परिवर्तन जिहड़ा वा इहदे च तुहानूं सारिआं नूं शिरकत होना पऊगा। देखदे आ साडे अगले कॉलर जिहड़े आ उह की कहना चाहुंदे। हैलो हैलो, हाँ जी भाई साहब। हाँ जी सब साहब, सत श्रीकाल जी, वेलकम बैक जी। सत श्रीकाल जी, सत श्रीकाल, कौन बोल रहे? मैं हरजीत बोल रहा जी, ब्रैम्पटन तो कनेडा तो। हाँ जी हाँ जी, रंजीत जी स्वागत है, ब्रैम्पटन कनेडा। हरजीत जी, हरजीत 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 हरजीत, हाँ जी हाँ जी हरजीत जी, वेलकम बैक जी। मेरा क्वेश्चन कोई नहीं सब साहब, थानू कर सके ते देखन नु जी, मैं ता इसे करके फोन करया जी। मेहरबानी मेहरबानी हरजीत जी, बहुत बहुत धन्यवाद। अजकल ते तुहाडे ब्रैम्पटन च मेरे ख्याल ब्रैम्पटन च अजकल ते मैं सुनया मौसम हुण बहुत वधिया हो रहा उथे। हाँ जी हाँ जी, अज स्नो पई है जी, अच्छा दोबारा स्नो पै गई, ओके ओके ओके। हाँ जी हाँ जी, बाकी परिवर्तन वाली जिहड़ी तुसीं गल कहिंदे इहदा नहीं आउणा जी, हुण परिवर्तन आउणा जी चंगी तरह, परिवर्तन बड़ा वधिया परिवर्तन आऊ जी। ਮਿਹਰਬਾਨੀ, ਬਹੁਤ ਦੇਰ ਨਹੀਂ ਹੋਣ। ਮਿਹਰਬਾਨੀ ਹਰਜੀਤ ਜੀ, ਤੁਸੀਂ ਕਿਉਂਕਿ ਬ੍ਰੈਂਪਟਨ ਰਹਿੰਦੇ ਜੇ, ਤੁਸੀਂ ਉੱਥੇ ਕਿਹੜੇ ਚੈਨਲ 'ਤੇ ਮਤਲਬ ਕਿਹੜੇ ਪਲੈਟਫਾਰਮ 'ਤੇ ਤੁਸੀਂ ਇਹ ਸ਼ੋਅ ਨੂੰ ਦੇਖਦੇ ਜੇ? ਤੁਸੀਂ ਉੱਥੇ ਰੋਜਰਸ ਹੈ ਤੁਹਾਡੇ ਕੋਲ ਜਾਂ ਕੋਈ ਡਿਸ਼ 'ਤੇ ਵੇਖਦੇ ਜੇ? ਨਹੀਂ, ਮੇਰੇ ਕੋਲ ਡਿਸ਼ ਹੈ ਜੀ। ਤੁਹਾਡੇ ਕੋਲ ਡਿਸ਼ ਹੈ, ਓਕੇ, ਕਿਉਂਕਿ ਓਨਟੈਰੀਓ ਏਰੀਆ ਦੇ ਵਿੱਚ ਕਾਫੀ ਲੋਕ ਡਿਸ਼ ਵੇਖਦੇ। ਵੈਸੇ ਹੁਣ ਹੈਲੋ ਗਲੋਬਲ ਪੰਜਾਬ ਜਿਹੜਾ ਵਾ, ਗਲੋਬਲ ਪੰਜਾਬ ਟੀ ਵੀ ਦੇ ਨਾਲ ਨਾਲ ਇਹ ਰੋਜਰਸ ਅਤੇ ਸ਼ੋਅ ਟੈਲਸ ਅਤੇ ਬੈੱਲ ਦੇ ਉੱਪਰ ਵੀ ਜਿਹੜਾ ਔਰ ਚੈਨਲ ਪੰਜਾਬੀ ਜਿਹੜਾ ਦੂਸਰਾ ਨਾਲਾ ਸਾਡਾ ਸਾਥੀ ਚੈਨਲ ਹੈ ਉੱਥੇ ਵੀ ਦੇਖਿਆ ਜਾ ਸਕਦਾ ਵਾ। ਸੋ ਇਸੇ ਕਰਕੇ ਮੈਂ ਸ਼ੁਰੂ ਦੇ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਵੀ ਹੁਣ ਸਾਰੇ ਹੀ ਨੌਰਥ ਅਮਰੀਕਾ ਦੇ ਵਿੱਚ ਜਿੰਨੇ ਵੀ ਪੰਜਾਬੀ ਆ, ਹਿੰਦੁਸਤਾਨੀ ਆ, ਜਿਹੜੇ ਪੰਜਾਬੀ ਪੈਕ ਜਿਹੜੇ ਲੈਂਦੇ ਆ, ਉਹ ਇਹਨਾਂ ਨਾਲ ਇਹਨਾਂ ਪਲੈਟਫਾਰਮਸ ਦੇ ਉੱਤੇ ਹੈਲੋ ਗਲੋਬਲ ਪੰਜਾਬ ਔਰ ਗਲੋਬਲ ਪੰਜਾਬ ਦੇ ਜਿੰਨੇ ਪ੍ਰੋਗਰਾਮ ਚੈਨਲ ਪੰਜਾਬੀ ਦੇ ਪ੍ਰੋਗਰਾਮ ਸਾਰੇ ਦੇਖ ਸਕਦੇ ਆ। ਸੋ ਆਪਣੀ ਕੋਸ਼ਿਸ਼ ਇਹੀ ਹੋਊਗੀ ਕਿ ਆਪਾਂ ਹੁਣ ਦੁਨੀਆ 'ਚ ਇੰਨੇ ਵੱਖ ਵੇਖੋ ਵੱਖਰਾ ਕਿੰਨਾ ਕਿੰਨਾ ਵਕਫਾ ਵਾ ਦੋਵਾਂ ਮੁਲਕਾਂ ਦੇ ਵਿੱਚ, ਨੌਰਥ ਅਮਰੀਕਾ ਦੇ ਵਿੱਚ ਔਰ ਇੰਡੀਆ ਦੇ ਵਿੱਚ, ਪਰ ਹੁਣ ਟੈਕਨੋਲੋਜੀ ਦੇ ਜ਼ਰੀਏ ਆਪਾਂ ਆਪਸ ਦੇ ਵਿੱਚ ਗੱਲਬਾਤ ਵੀ ਕਰ ਸਕਦੇ ਹਾਂ, ਬਹੁਤ ਆਪਾਂ ਕਿਸਮਤ ਵਾਲੇ ਹਾਂ। ਦੇਖਦੇ ਹਾਂ ਸਾਡੇ ਅਗਲੇ ਸੱਜਣ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ ਹੈਲੋ, ਸੰਧੂ ਸਾਹਿਬ, ਰਾਮ ਸ਼ਰਮਾ ਵਿਨੀਪੈਗ ਤੋਂ ਬੋਲ ਰਿਹਾ ਜੀ, ਕੈਨੇਡਾ ਤੋਂ। ਕੈਨੇਡਾ ਵਿਨੀਪੈਗ ਤੋਂ? ਹਾਂਜੀ। ਕੌਣ ਬੋਲ ਰਹੇ ਜੀ ਵਿਨੀਪੈਗ ਤੋਂ? ਰਾਮ ਸ਼ਰਮਾ ਜੀ। ਹਾਂਜੀ ਹਾਂਜੀ, ਰਾਮ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ, ਦੱਸੋ ਕੀ ਵਿਚਾਰ ਰੱਖਣੇ ਚਾਹੁੰਦੇ ਤੁਸੀਂ, ਕੀ ਨਜ਼ਰੀਆ ਤੁਹਾਡਾ? ਸੰਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡੀ ਤੰਦਰੁਸਤੀ ਵਾਸਤੇ ਕਾਮਨਾ ਕਰਦੇ ਹਾਂ ਕਿ ਤੁਹਾਡੀ ਤੰਦਰੁਸਤੀ ਬਣੀ ਰਹੇ। ਔਰ ਉਹ ਤੋਂ ਬਾਅਦ ਦੇ ਵਿੱਚ ਹੈਗਾ ਕਿ ਜਿਹੜੇ ਵਿਸ਼ੇ ਅੱਜ ਕੱਲ੍ਹ ਤੁਸੀਂ ਇਹ ਛੋਏ ਹੋਏ ਆ, ਤੁਹਾਡੇ ਜਾਂ ਗੈਰ ਹਾਜ਼ਰੀ ਦੇ ਵਿੱਚ ਤੁਹਾਡੇ ਮਗਰਲੇ ਸਾਥੀਆਂ ਨੇ ਇਸ ਟਾਈਮ ਨੂੰ ਚੰਗਾ ਨਿਭਾਉਣ ਦੀ ਕੋਸ਼ਿਸ਼ ਕੀਤੀ। ਪਰ ਹੁਣ ਜੋ ਕੁਛ ਤੁਸੀਂ ਉਹ ਮਿਨਾਰਾ ਵਗੈਰਾ ਦੀ ਗੱਲ ਕਰਦੇ ਸੀ, ਜਿਹੜੀ ਪੰਜਾਬ ਦਾ ਜਵਾਰ ਭਾਟਾ ਉੱਠਿਆ ਹੋਇਆ, ਉਹ ਬੈਠਣ ਵਾਲਾ ਨਹੀਂ ਗਾ। ਜੋ ਕੁਛ ਮਰਜ਼ੀ ਬਣਾਈ ਜਾਣ, ਬੜੀ ਚੇਂਜਸ ਆਉਣ ਵਾਲੀ ਹੈ, ਅਤੇ ਉਸ ਚੇਂਜਸ ਵਾਸਤੇ ਆਪਾਂ ਸਾਰੇ ਵਿਸ਼ ਕਰੀਏ। ਬਿਲਕੁਲ ਜੀ, ਥੈਂਕ ਯੂ, ਮਿਹਰਬਾਨੀ ਮਿਹਰਬਾਨੀ ਰਾਮ ਸ਼ਰਨ ਜੀ। ਇਸ ਵੇਲੇ ਬਿਲਕੁਲ ਇਹ ਠੀਕ ਆ ਕਿ ਮੇਰੀ ਜਿਹੜੀ ਗੈਰ ਹਾਜ਼ਰੀ ਦੇ ਵਿੱਚ ਜਿਹੜੇ ਮੇਰੇ ਸਾਥੀ ਨੇ ਟੋਰੋਂਟੋ ਦੇ ਵਿੱਚ ਔਰ ਸਰੀ ਦੇ ਵਿੱਚ, ਤੇਜਵੀਰ ਧੁੱਗਾ, ਜਸਕਰਨ ਔਰ ਅਸ਼ੋਕ ਭੋਰਾ ਜਿਹੜੇ ਕੈਲੀਫੋਰਨੀਆ ਦੇ ਵਿੱਚ ਨੇ, ਉਹਨਾਂ ਨੇ ਬਹੁਤ ਬਾਖੂਬੀ ਦੇ ਨਾਲ ਇਹ ਜਿਹੜਾ ਰੋਲ ਆ ਪਿੱਛੋਂ ਨਿਭਾਇਆ ਵਾ, ਪ੍ਰੋਗਰਾਮ ਨੂੰ ਇਨਫੈਕਟ ਕੰਟੀਨਿਊ ਕੀਤਾ ਵਾ। ਸੋ ਮੈਂ ਇਹਨਾਂ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਕਿਉਂਕਿ ਜੇ ਇੱਕ ਵਾਰੀ ਵਕਫਾ ਪੈ ਜਾਏ ਤਾਂ ਫਿਰ ਬੜੀ ਪ੍ਰੋਬਲਮ ਹੁੰਦੀ ਆ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕਰਨ ਦੀ। ਸੋ ਇਸ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਬਾਕੀ ਤੁਸੀਂ ਇਹ ਠੀਕ ਕਿਹਾ ਕਿ ਪਰਿਵਰਤਨ ਵੱਲ ਆਪਾਂ ਜਿਵੇਂ ਜ਼ਰੂਰ ਹੁਣ ਵੱਧ ਰਹੇ ਹਾਂ, ਪਰਿਵਰਤਨ ਜੇ ਪੁਰਾਣੀਆਂ ਰਵਾਇਤੀ ਪਾਰਟੀਆਂ 'ਚ ਆ ਜਾਏ ਉਹ ਵੀ ਚੰਗੀ ਗੱਲ ਆ, ਲੇਕਿਨ ਪਰਿਵਰਤਨ ਜ਼ਰੂਰੀ ਚਾਹੀਦਾ ਵਾ, ਇਹ ਬਹੁਤ ਜ਼ਰੂਰੀ ਆ। ਪੁਰਾਣਾ ਜਿਹੜਾ 60-65 ਸਾਲ ਦੀ ਜਿਹੜੀ ਬੈਗੇਜ ਆ
उन्हों छड़ के बिल्कुल सच्चाई वल लॉफुली जिमें अपना संविधान कहिंदा वा वी द पीपल रूल ऑफ लॉ अपन उधर वधन की लड़ है वह जहाँ बदलाव चेंज लियाने की लड़ है बहुत साल हो गए ऑलमोस्ट 70 साल हो चले अपनी आज़ादी तो बाद और हुण समा आ गया वा कि आप एक चेंज वल वधीए लोगों प्रति सरकार जिहड़ियां वा वो लैके आईए जे ये काम कैनेडा च हो सकता वा जे काम बाकी मुल्कों च हो सकता तो हिंदुस्तान दे विच पंजाब दे विच क्यों नहीं हो सकता क्यों साढ़े पंजाबियों नूं ठीक है दूजे मुल्कों जरूर जाना चाहिए वा उत्थे जे बेहतरी है तो बेहतरी का फायदा उठाना चाहिए वा लेकिन रोजी रोटी वास्ते इत्थों क्यों जाके दूजे मुल्कों दे विच वसना पवे ये बहुत अफसोस की गल है सो इस करके इत्थे चेंज लियाउण की बहुत लोड़ है उस तो बाद लोगों को ऑप्शन होगी कि तुसीं इत्थे रह के अपनी रोजी रोटी कमाउणी है अपने परिवारों के नाल रहना अपने वतन नाल रहना अपने पिंडां नाल जुड़े रहना कि दूजे पासे ते आके उत्थे जाके अपनी रोजी रोटी कमा के फिर हर साल 2-3 महीने इत्थे आके अपनी छुट्टियां अपने परिवारों के नाल मनाउणियां सो ये ऑप्शन लोगों को होनी चाहिए इस वेले अनफॉर्चुनेटली पिछले 15-20 साल जिहो जिहे हालात बने शायद 25-30 सालों के उहदे नाल लोकी जिहड़े आ अपने घर तों उजड़ गए कई कई यहोजे परिवार है मैं कई बार मिलता रहना वा जिहड़े 15-15, 20-20 सालों तो मिल ही नहीं सके आपस के सो ये बहुत अफसोस की गल है क्यों असी ये हालात किन्ने पैदा किए ये मैं जाना नहीं चाहता पर हुण समा आ गया वा कि आप एक चेंज लैके आईए सो दैट एक यहोजी सरकार आवे जिहड़ी लोगों प्रति सरकार होवे देखते हैं साढ़े अगले सज्जन की विचार रखना चाहते हैलो हैलो हाँ जी भाई साहब सत श्री अकाल जी सत श्री अकाल मैं मनजीत सिंह न्यूयॉर्क ਵਿੱਚ ਮਿੰਟ ਬੋਲ ਰਿਹਾ ਜੀ ਹਾਂਜੀ ਹਾਂਜੀ ਭਾਈ ਸਾਹਿਬ ਸਵਾਗਤ ਹੈ ਦੱਸੋ ਕੀ ਵਿਚਾਰ ਨੇ ਤੁਹਾਡੇ ਸਾਡੇ ਇਹ ਵਿਚਾਰ ਨੇ ਕਿ ਦੇਖੋ ਕਿ ਜਿਹੜੀ ਹੁਣ ਉਹ ਪਾਰਟੀ ਆ ਰਹੀ ਹੈ ਜੀ ਜਿਹੜੇ ਆ ਪਾਰਟੀ ਹੈ ਇਹ ਚੰਗੇ ਕੰਮ ਕਰੇਗੀ ਤੇ ਬਹੁਤ ਸੋਹਣੀ ਬਹੁਤ ਚੰਗੀ ਗੱਲ ਹੈ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਕਾਂਗਰਸ ਤੇ ਅਕਾਲੀ ਦਲ ਜੀ ਤੇ ਇਹ ਤੇ ਹਟ ਚੁੱਕੀਆਂ ਨੇ ਇਹਨਾਂ ਨੇ ਆਪਣਾ ਜੋ ਕੰਮ ਕਰ ਲਿਆ ਉਹ ਕਰ ਲਿਆ ਓਕੇ ਪਰ ਸਭ ਤੋਂ ਬਾਦਲ ਸਾਹਿਬ ਨਾਲੋਂ ਕਾਂਗਰਸ ਚੰਗੀ ਆ ਤੇ ਕਾਂਗਰਸ ਤੋਂ ਮੇਰੇ ਖਿਆਲ ਚ ਆਪ ਜਿਹੜੀ ਉਹ ਚੰਗੀ ਮਤਲਬ ਕੰਮ ਕਰੇਗੀ ਜੀ ਪਰ ਆਪ ਦੇ ਵਿੱਚ ਬਹੁਤ ਜ਼ਿਆਦਾ ਜਾ ਰਹੇ ਨੇ ਕਿ ਤੁਸੀਂ ਕੋਈ ਆਪਣੀ ਮੁੱਖ ਮੰਤਰੀ ਦਾ ਨਹੀਂ ਦੱਸ ਰਹੇ ਕਿ ਕਿਹੜਾ ਕੈਂਡੀਡੇਟ ਮੁੱਖ ਮੰਤਰੀ ਦਾ ਹੈ ਪਰ ਤੁਹਾਨੂੰ ਮੁੱਖ ਮੰਤਰੀ ਦਾ ਦੱਸਣਾ ਚਾਹੀਦਾ ਕੈਂਡੀਡੇਟ ਤੇ ਕਿਹੜਾ ਮੁੱਖ ਮੰਤਰੀ ਦਾ ਕੈਂਡੀਡੇਟ ਹੈਗਾ ਉਹਦੇ ਵਿੱਚ ਬੜਾ ਫਰਕ ਪਏਗਾ ਤੁਹਾਨੂੰ ਪਰ ਪਰ ਸਮਝੌਤੇ ਨਾਲ ਤੁਹਾਨੂੰ ਪਤਾ ਹੀ ਹੈ ਜੋ ਵੀ ਹੈਗਾ ਪਰ ਤੁਹਾਨੂੰ ਇਹ ਮੁੱਖ ਮੰਤਰੀ ਦਾ ਕੈਂਡੀਡੇਟ ਦੱਸਣਾ ਚਾਹੀਦਾ ਮਿਹਰਬਾਨੀ ਭਾਈ ਸਾਹਿਬ ਮਿਹਰਬਾਨੀ ਬਹੁਤ ਭਾਈ ਇਨਫੈਕਟ ਤੁਹਾਡੇ ਵਿਚਾਰ ਬੜੇ ਸਪਸ਼ਟ ਆ ਦੋ ਗੱਲਾਂ ਤੁਸੀਂ ਬੜੀਆਂ ਅਹਿਮ ਗੱਲਾਂ ਕੀਤੀਆਂ ਵਾ ਇੱਕ ਤਾਂ ਵੀ ਇਹ ਪਾਰਟੀ ਜਿਹੜੀ ਆ ਉਹਦੇ ਵੱਲ ਨੂੰ ਲੋਕਾਂ ਦਾ ਰੁਝਾਨ ਜ਼ਰੂਰ ਸਾਹਮਣੇ ਆ ਰਿਹਾ ਪਰ ਇੱਥੇ ਮੈਂ ਇਹ ਵੀ ਜ਼ਰੂਰ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਨੂੰ ਵੇਖ ਕੇ ਆਪਾਂ ਇਹ ਵੀ ਦੇਖ ਰਹੇ ਹਾਂ ਕਿ ਕਾਂਗਰਸ ਔਰ ਅਕਾਲੀ ਭਾਜਪਾ ਦੇ ਵਿੱਚ ਵੀ ਤਬਦੀਲੀਆਂ ਆ ਰਹੀਆਂ ਜੋ ਇੱਕ ਬਹੁਤ ਚੰਗੀ ਗੱਲ ਹੈ ਜੇ ਇਹ ਪਾਰਟੀਆਂ ਰਵਾਇਤੀ ਪਾਰਟੀਆਂ ਦੇ ਵਿੱਚ ਵੀ ਚੇਂਜਸ ਜੇ ਆ ਜਾਣ ਤਾਂ ਇੱਕ ਚੰਗੀ ਗੱਲ ਹੈ ਕਿਉਂਕਿ ਬੇਸਿਕਲੀ ਬਦਲਾਵ ਦੀ ਲੋੜ ਆ ਦੂਸਰਾ ਤੁਸੀਂ ਇਹ ਮਸਲਾ ਕਿਹਾ ਵਾ ਕਿ ਜੇ ਮੁੱਖ ਮੰਤਰੀ ਦਾ ਕੈਂਡੀਡੇਟ ਇਹ ਦੱਸ ਦੇਣ ਤਾਂ ਉਹਦਾ ਫਾਇਦਾ ਹੋਊ ਦੇਖੋ ਇਹਨਾਂ ਚੀਜ਼ਾਂ ਦਾ ਫਾਇਦਾ ਵੀ ਹੋ ਜਾਂਦਾ ਕਿ ਉਹਦਾ ਨੁਕਸਾਨ ਵੀ ਹੋ ਜਾਂਦਾ ਨੁਕਸਾਨ ਇਹ ਹੋ ਜਾਂਦਾ ਵੀ ਫਿਰ ਕਈ ਲੀਡਰ ਜਿਹੜੇ ਆ ਜਿਹੜੇ ਉਸ ਪੋਸਟ ਦੇ ਦਾਅਵੇਦਾਰ ਹੁੰਦੇ ਆ ਉਹ ਰੁੱਸ ਜਾਂਦੇ ਆ ਵੈਸੇ ਵੀ ਪਾਰਟੀ ਦਾ ਅਨਾਊਂਸ ਕਰਨਾ ਇਸ ਕਰਕੇ ਵੀ ਔਡ ਚੀਜ਼ ਆ ਕਿਉਂਕਿ ਇਹ ਸੰਵਿਧਾਨ ਦੇ ਖਿਲਾਫ ਵੀ ਹੁੰਦੀ ਹੈ ਇਹ ਡੈਮੋਕ੍ਰੇਸੀ ਐਂਟੀ ਡੈਮੋਕ੍ਰੇਟਿਕ ਸਟੈਪ ਵੀ ਹੁੰਦਾ ਸਿਸਟਮ ਇਹ ਹੁੰਦਾ ਵਾ ਕਿ ਲੈਟਸ ਸੇ 117 ਸੀਟਾਂ ਵਾ ਕਿਸੇ ਪਾਰਟੀ ਦੀਆਂ 117 ਦੇ ਵਿੱਚੋਂ 80 ਜਾਂ 90 ਸੀਟਾਂ ਜਾਂ 50 ਜਾਂ 60 ਸੀਟਾਂ ਜਾਂ 70 ਸੀਟਾਂ ਆ ਜਾਂਦੀਆਂ ਜਦੋਂ ਉਦੋਂ ਫਿਰ ਉਹ ਸਾਰੇ MLAs ਦੀ ਮੀਟਿੰਗ ਹੁੰਦੀ ਆ ਲੈਜਿਸਲੇਚਰ ਪਾਰਟੀ ਦੀ ਮੀਟਿੰਗ ਹੁੰਦੀ ਆ ਜਿੱਥੇ ਲੀਡਰ ਚੁਣਿਆ ਜਾਂਦਾ ਵਾ ਔਰ ਉਹ ਜਿਹੜਾ ਲੀਡਰ ਆ ਉਹ ਲੀਡਰ ਜਿਹੜਾ ਵਾ ਉਹ ਮੁੱਖ ਮੰਤਰੀ ਮੰਨਿਆ ਜਾਂਦਾ ਸੋ ਸਿਸਟਮ ਤਾਂ ਇਹ ਹੁੰਦਾ ਵਾ ਪਰ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਵਾ ਉਹ ਪਹਿਲਾਂ ਹੀ ਆਪਣਾ ਲੀਡਰ ਜਿਹੜਾ ਵਾ ਉਹ ਸਾਹਮਣੇ ਪੇਸ਼ ਕਰ ਦਿੰਦੀਆਂ ਵੀ ਸਾਡਾ ਆਹ ਮੁੱਖ ਮੰਤਰੀ ਹੋਊਗਾ ਜੇ ਅਸੀਂ ਜਿੱਤੇ ਉਹਦਾ ਬਹੁਤ ਫਾਇਦਾ ਹੋ ਜਾਂਦਾ ਕਈ ਵਾਰ ਹੁਣ ਜਿਵੇਂ ਕਾਂਗਰਸ ਨੇ ਬੜਾ ਕਲੀਅਰ ਕਹਿਤਾ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੋਣਗੇ ਜੇ ਕਾਂਗਰਸ ਜਿੱਤੂਗੀ ਉੱਧਰ ਅਕਾਲੀ ਦਲ ਨੇ ਫਿਰ ਕਹਿਤਾ ਵਾ ਕਿ ਪ੍ਰਕਾਸ਼ ਸਿੰਘ ਬਾਦਲ ਹੀ ਮੁੱਖ ਮੰਤਰੀ ਹੋਣਗੇ ਕਿਉਂਕਿ ਕੁਛ ਲੋਕ ਕਹਿ ਰਹੇ ਸੀ ਅਟਕਲਾਂ ਲੱਗ ਰਹੀਆਂ ਸੀ ਵੀ ਸ਼ਾਇਦ ਸੁਖਬੀਰ ਸਿੰਘ ਬਾਦਲ ਨੂੰ CM ਕੈਂਡੀਡੇਟ ਡਿਕਲੇਅਰ ਕਰ ਦੇਣਗੇ ਲੇਕਿਨ ਉਹਨਾਂ ਨੇ ਕਹਿਤਾ ਵੀ ਪ੍ਰਕਾਸ਼ ਸਿੰਘ ਬਾਦਲ ਹੋਣਗੇ ਸੋ ਇਸ ਗੱਲੋਂ ਹਾਲੇ ਤੱਕ ਆਮ ਆਦਮੀ ਪਾਰਟੀ ਨੇ ਆਪਣਾ CM ਕੈਂਡੀਡੇਟ ਅਨਾਊਂਸ ਨਹੀਂ ਕੀਤਾ ਮੇਰਾ ਖਿਆਲ ਹੈ ਅਗਲੇ ਕੁਝ ਮਹੀਨਿਆਂ 'ਚ ਵੀ ਸ਼ਾਇਦ ਉਹ ਨਾ ਕਰਨ ਹੋ ਸਕਦਾ ਇਲੈਕਸ਼ਨ ਦੇ ਨੇੜੇ ਜਾ ਕੇ ਕਰ ਸਕਣ ਜਾਂ ਕਰ ਦੇਣ ਲੇਕਿਨ ਇਹ ਵੀ ਪੋਸੀਬਿਲਿਟੀ ਹੈ ਕਿ ਇਹ ਇਸੇ ਤਰ੍ਹਾਂ ਹੀ ਇਲੈਕਸ਼ਨ ਲੜੀ ਜਾਵੇ ਅਰਵਿੰਦ ਕੇਜਰੀਵਾਲ ਦੇ ਨਾਂ 'ਤੇ ਹੀ ਇਲੈਕਸ਼ਨ ਲੜੀ ਜਾਵੇ ਕਿਉਂਕਿ ਅਰਵਿੰਦ ਕੇਜਰੀਵਾਲ ਇੱਕ ਐਕਸੈਪਟਡ ਲੀਡਰ ਹੈ ਇਹ ਨਹੀਂ ਵੀ ਉਹਨਾਂ ਨੇ ਇੱਥੇ ਮੁੱਖ ਮੰਤਰੀ ਜ਼ਰੂਰੀ ਆ ਬਣਨਾ ਵਾ ਲੇਕਿਨ ਉਹਨਾਂ ਦੇ ਸਿਰ 'ਤੇ ਇਲੈਕਸ਼ਨ ਲੜੀ ਜਾਵੇ
जे पार्टी जित जाती है उस तो बाद एम एल एज की मीटिंग की जाए और एम एल एज जोड़े अपना लीडर जोड़ा वा वह चुन ये बारे तुहाडा सब का की विचार है भी इस तरह होना चाहिए कि नहीं होना चाहिए या मुख्यमंत्री कैंडिडेट डिकलेयर होना चाहिए वा ये भी आप डिस्कस कर सकते हैं। एक छोटी जी हुण ब्रेक का समा हो गया, जो आप ब्रेक तो वापस आवेंगे उदों ये मसला कि की सी एम कैंडिडेट पहले अनाउंस कर देना चाहिए या बाद सी एम कैंडिडेट इलैक्ट होना चाहिए वा ये मसला भी आप जरूर विचारांगे। बाकी भी पंजाब के हालात जोड़े है उन्होंने आप विचार वटांदरा जरूर करते रहेंगे। ये सब कुछ एक छोटी जी ब्रेक तो बाद। वेलकम बैक, तुम सुन रहे जे शो हैलो ग्लोबल पंजाब, तो असं डिस्कस कर रहे हैं पंजाब के मौजूदा हालात। बहुत सारे विचार ताडे भी आए हैं, बहुत सारे लोगों ने मैनू शुभकामनावां भी भेजियां वा सेहत वास्ते सेहत पक्षों बहुत बहुत ताडी सारयां दी मेहरबानी। कुछ सज्जन साडे नाल ऑलरेडी जुड़े है, देखते हैं वो अपने की विचार सांझे करने चाहुंदे आ। हैलो हैलो हैलो, हाँ जी भाई साहब। वेलकम जी संधु साहब, बन बोलता जी। हाँ जी हाँ जी प्रगट जी, थैंक यू वेरी मच जी प्रगट जी, मैं भी तुम्हें बहुत मिस किया जी। मुद्दा तो तुम अज तो जो बड़ा वधिया लिया जी, पर दिल्ली अजे बड़ी दूर है, पिंड आखते होंगे भी दिल्ली अजे बड़ी दूर है, इन्नी छेती रिजल्ट कट देने बड़ी औखी जी गल लगती है, मेहनत करने की लोड़ है। बिल्कुल ठीक है जी, बिल्कुल ठीक है, मैं इनफैक्ट यो गल नोटिस किया होना। जिस तरह तुम एक बार पहला जो आख्या ही भी वो ना तुरी बाबे तो आई पार्टी वंडी गई अपने केजरीवाल साहब की पंजाब च, तो तुम भी बड़े स्याणे जे ये पार्टी चाहे तुहाडा वेलकम, तो सब तो जरूरी है भी उन्होंने बंदिया नूं मनाउण पहला जे इन्हां जंग जितनी है जी 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 जी, क्योंकि पहली बार जी मार्जन ही ना 200-400-500 तक कई एम एल ए जड़े वो हट गए हार गए जी, एक बंदा जे 500-700 भी वोट खराब करूगा तो वह पार्टी का बड़ा नुकसान होता खदसा वा। बिल्कुल ठीक है, बिल्कुल ठीक है प्रगट जी। बाकी पार्टी अजे इलेक्शन से अजे साल पिया वा, इन्हां सारियां पार्टियां नूं इकट्ठे हो गए ना जिहड़े 35 दिनां 40 किसान आत्महत्या करके तो दिन ब दिन गिनती वधदी जांदी आ, उहदा बह के सारियां पार्टियां एक मंच ते विसाखी ते सौं खाण भी उहनां दा की करना इमानदारी नाल। कीड़ी चीज़ दे ਜਿਹੜੇ ਕਿਸਾਨ 35 ਦਿਨਾਂ 'ਚ 40 ਆਤਮ ਹੱਤਿਆ ਕਰ ਗਏ ਜੀ ਜੀ, ਮਾਰਚ ਦੇ ਮਹੀਨੇ ਦੇ 5 ਤਰੀਕ ਹੁਣ ਹੋਈ ਹੈ ਤੇ 40 ਕਿਸਾਨ ਆਤਮ ਹੱਤਿਆ ਕਰ ਗਏ ਹੁਣ ਤੱਕ ਜੀ 35 ਦਿਨਾਂ 'ਚ ਜੀ, ਤੇ ਵਿਸਾਖੀ ਦੇ ਕਾਨਫਰੰਸਾਂ ਕਰਨੀਆਂ ਇਹ ਸੌਂ ਖਾਣ ਵੀ ਉਹਨਾਂ ਨੂੰ ਕਿੱਦਾਂ ਬਚਾਉਣਾ ਜਿਹੜੇ ਅੱਗੇ ਮਰਨ ਵਾਲੇ ਆ ਜੀ। ਪ੍ਰਗਟ ਜੀ ਬਿਲਕੁਲ ਗੱਲ ਤੁਹਾਡੀ ਠੀਕ ਆ, ਪਰ ਮੇਰੇ ਖਿਆਲ ਤੁਹਾਨੂੰ ਪਤਾ ਹੀ ਆ ਵੀ ਵਿਸਾਖੀ 'ਤੇ ਤਾਂ ਵੱਖਰੀਆਂ ਵੱਖਰੀਆਂ ਕਾਨਫਰੰਸਾਂ ਹੋਣੀਆਂ, ਉੱਥੇ ਹਰ ਪਾਰਟੀ ਨੇ ਆਪਣੀ ਡੁਗਡੁਗੀ ਵੀ ਜਾਣੀ ਆ ਉੱਥੇ, ਔਰ ਇਸ ਮਸਲੇ ਨੂੰ ਹੁਣ ਮੇਰੇ ਖਿਆਲ ਅਗਲੇ 8-10 ਮਹੀਨਿਆਂ 'ਚ ਕਿਸੇ ਕੋਲ ਕੋਈ ਹੱਲ ਨਹੀਂ ਹੈ। ਚਾਹੀਦਾ ਤਾਂ ਵਾਕਈ ਇਹ ਸੀ ਕਿ ਅੱਜ ਤੋਂ 2-3 ਸਾਲ ਪਹਿਲਾਂ ਜਦੋਂ ਇਹ ਸਿਲਸਿਲਾ ਸ਼ੁਰੂ ਹੋਇਆ ਸੀ ਉਦੋਂ ਹੀ ਇਹ ਮੰਦਭਾਗੀ ਚੀਜ਼ ਜਦੋਂ ਸ਼ੁਰੂ ਹੋਈ ਸੀ ਉਦੋਂ ਹੀ ਇਹ ਸਾਰੀਆਂ ਪਾਰਟੀਆਂ ਨੂੰ ਆਲ ਪਾਰਟੀ ਮੀਟਿੰਗ ਸੱਦ ਕੇ ਕੋਈ ਇੱਕ ਸੈਂਟਰ ਕੋਲ ਜਾ ਕੇ ਕੋਈ ਇਹੋ ਜਿਹੀ ਰਣਨੀਤੀ ਰਾਜਨੀਤੀ ਕੋਈ ਬਣਾਉਣੀ ਚਾਹੀਦੀ ਸੀ, ਪੋਲਿਸੀ ਬਣਾਉਣੀ ਚਾਹੀਦੀ ਸੀ, ਨੀਤੀ ਬਣਾਉਣੀ ਚਾਹੀਦੀ ਸੀ ਜਿਹਦੇ ਨਾਲ ਇਹ ਚੀਜ਼ਾਂ ਰੁਕ ਜਾਂਦੀਆਂ। ਪਰ ਅਫਸੋਸ ਆ ਵੀ ਕਿਸੇ ਨੇ ਪਰਵਾਹ ਵੀ ਨਹੀਂ ਕੀਤੀ ਔਰ ਹਾਲੇ ਵੀ ਪਰਵਾਹ ਨਹੀਂ ਕਰ ਰਹੀਆਂ। ਵਾਕਈ ਇਹ ਇੱਕ ਜਿਵੇਂ ਮੈਨੂੰ ਯਾਦ ਹੈ ਜਦੋਂ ਪੰਜਾਬ ਦੇ ਵਿੱਚ ਖਾੜਕੂਵਾਦ ਸੀਗਾ ਅਤੇ ਉਦੋਂ ਰੋਜ਼ ਖਬਰਾਂ ਆਉਂਦੀਆਂ ਸੀ ਜੀ 3 ਬੰਦੇ ਮਰ ਗਏ ਇੱਥੇ, 3 ਬੰਦੇ ਖਾੜਕੂਆਂ ਨੇ ਅੱਤਵਾਦੀਆਂ ਨੇ ਮਾਰਤੇ ਜਾਂ 3 ਅੱਤਵਾਦੀ ਮਾਰਤੇ, ਉਹ ਇੱਕ ਮਹਿਜ਼ ਫਿਗਰਸ ਬਣ ਕੇ ਰਹਿ ਗਈਆਂ, ਸਟੈਟਿਸਟਿਕਸ ਬਣ ਕੇ ਰਹਿ ਗਏ ਸੀ। ਉਸ ਤੋਂ ਬਾਅਦ ਫਿਰ ਐਕਸੀਡੈਂਟ ਵੀ ਇਸੇ ਤਰ੍ਹਾਂ ਹੀ, ਅੱਜ ਜੀ 5 ਉੱਥੇ ਮਰ ਗਏ, 7 ਉੱਥੇ ਮਰ ਗਏ, 12 ਉੱਥੇ ਐਕਸੀਡੈਂਟ ਹੋ ਗਿਆ ਉੱਥੇ ਮਰ ਗਏ। ਹੁਣ ਇਹੋ ਹੀ ਚੀਜ਼ ਕਿਸਾਨਾਂ ਦੀ ਖੁਦਕੁਸ਼ੀਆਂ ਬਾਰੇ ਹੋ ਰਹੀ ਹੈ, ਕਦੀ ਇੱਕ ਕਦੀ 2, ਮੇਰੇ ਖਿਆਲ ਕੱਲ੍ਹ ਦੀ ਖਬਰ ਸੀ ਵੀ 3 ਲੋਕਾਂ ਨੇ ਇੱਕੋ ਦਿਨ ਦੇ ਵਿੱਚ ਹੀ ਖੁਦਕੁਸ਼ੀ ਕਰ ਲਈ, ਔਰ ਇਹ ਸਿਰਫ ਮਹਿਜ਼ ਸਟੈਟਿਸਟਿਕਸ ਬਣ ਗਏ ਆ। ਕੋਈ ਪਾਰਟੀ ਜਿਹੜੀ ਆ ਨਾ ਉਹਨਾਂ ਕੋਲ ਕੋਈ ਲੱਗਦਾ ਹੀ ਆ ਵੀ ਇਹ ਨੀਤੀ ਆ ਕੋਈ ਇਹਨਾਂ ਚੀਜ਼ਾਂ ਨੂੰ ਰੋਕਣ ਦੀ। ਸੋ ਬਹੁਤ ਅਫਸੋਸ ਦੀ ਗੱਲ ਹੈ, ਔਰ ਵਾਕਈ ਸਭ ਤੋਂ ਵੱਡੀ ਚੈਲੰਜ ਮੇਰੇ ਹਿਸਾਬ ਨਾਲ ਅਗਲੀ ਸਰਕਾਰ ਜਿਹੜੀ ਵੀ ਸਰਕਾਰ ਆਵੇ, ਭਾਵੇਂ ਉਹ ਕਾਂਗਰਸ ਦੀ ਸਰਕਾਰ ਆਵੇ, ਭਾਵੇਂ ਅਕਾਲੀ ਭਾਜਪਾ ਵਾਪਸ ਆਉਣ, ਭਾਵੇਂ ਆਮ ਆਦਮੀ ਪਾਰਟੀ ਸਰਕਾਰ ਆਵੇ, ਜਿਹੜੀ ਸਰਕਾਰ ਆਵੇ, ਉਹਨਾਂ ਵਾਸਤੇ ਸਭ ਤੋਂ ਵੱਡੀ ਚੈਲੰਜ ਇਹ ਆ ਕਿ ਇਹਨਾਂ ਚੀਜ਼ਾਂ ਨੂੰ ਕਿਵੇਂ ਰੋਕਿਆ ਜਾ ਸਕੇ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਪਰ ਇਹਦੇ ਲਈ ਮੇਰੇ ਖਿਆਲ ਨੀਤੀ ਬਣਾਉਣ ਦੀ ਲੋੜ ਆ, ਔਰ ਨੀਤੀ ਹੁਣ ਮੈਨੂੰ ਲੱਗਦਾ ਵਾ ਵੀ ਅਗਲੀਆਂ ਇਲੈਕਸ਼ਨਾਂ ਤੋਂ ਬਾਅਦ ਹੀ ਇੰਪਲੀਮੈਂਟ ਹੋ ਸਕੂਗੀ। ਪਾਰਟੀਆਂ ਸਾਰੀਆਂ ਹੀ, ਮੈਂ ਇਹ ਤੁਹਾਨੂੰ ਜ਼ਰੂਰ ਦੱਸ ਸਕਦਾ ਕਿਉਂਕਿ ਮੈਂ ਹੁਣ ਥੋੜ੍ਹਾ ਪਿੱਛੇ ਜੇ ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੇ ਨਾਲ ਮੈਂ ਵਿਚਾਰ ਵਟਾਂਦਰਾ ਕਰਦਾ ਰਿਹਾ ਵਾਂ। ਡੈਫੀਨੇਟਲੀ ਬਾਕੀ ਪਾਰਟੀਆਂ ਦਾ ਪਤਾ ਨਹੀਂ, ਲੇਕਿਨ ਆਮ ਆਦਮੀ ਪਾਰਟੀ ਇਸ ਮਸਲੇ 'ਤੇ ਬਹੁਤ ਗੰਭੀਰ ਆ, ਔਰ ਇਹਦੇ 'ਤੇ ਇੱਕ ਡੈਫੀਨੇਟਲੀ ਨੀਤੀ ਲੈ ਕੇ ਆਊਗੀ ਜਦੋਂ ਉਹਨਾਂ ਨੇ ਆਪਣਾ ਮੈਨੀਫੈਸਟੋ ਜਿਹੜਾ ਵਾ ਅਨਵੇਲ ਕੀਤਾ। ਪ੍ਰਗਟ ਜੀ ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਹੀ ਆਪਣੇ ਵਿਚਾਰ ਕਾਇੰਡਲੀ ਰੱਖਦੇ ਰਹੋ, ਕਿਉਂਕਿ ਤੁਹਾਡੇ ਵਿਚਾਰ ਜਿਹੜੇ ਆ ਮੈਨੂੰ ਪਤਾ ਵਾ ਤੁਸੀਂ ਗ੍ਰਾਸ ਰੂਟਸ ਨਾਲ, ਪਿੰਡਾਂ ਦੇ ਨਾਲ, ਇੱਥੋਂ ਦੇ ਹਾਲਾਤਾਂ ਨਾਲ ਜੁੜੇ ਜੇ,
ਤੁਹਾਨੂੰ ਕਾਫੀ ਵਾਕਫੀਅਤ ਹੈ ਇੱਥੋਂ ਦੇ ਹਾਲਾਤਾਂ ਦੀ, ਸੋ ਤੁਹਾਡੇ ਸੁਝਾਅ ਜਿਹੜੇ ਆ ਉਹ ਵੀ ਇੱਥੋਂ ਦੇ ਹਾਲਾਤਾਂ ਦੇ ਵਿੱਚ ਤਬਦੀਲੀ ਲਿਆਉਣ ਲਈ, ਬਦਲਾਵ ਲਿਆਉਣ ਲਈ ਬਹੁਤ ਵੱਡਾ ਯੋਗਦਾਨ ਦੇ ਸਕਦੇ ਆ। ਬਹੁਤ ਬਹੁਤ ਮਿਹਰਬਾਨੀ। ਦੇਖਦੇ ਹਾਂ ਸਾਡੇ ਅਗਲੇ ਸੱਜਣ ਕੀ ਆਪਣੀ ਗੱਲ ਸਾਂਝੀ ਕਰਨੀ ਚਾਹੁੰਦੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ, ਗਗਨ ਬੋਲਦਾ ਸੀਗਾ ਜੀ ਸਿਆਟਲ ਤੋਂ। ਹਾਂਜੀ ਹਾਂਜੀ ਗਗਨ ਜੀ, ਸਵਾਗਤ ਹੈ ਜੀ, ਦੱਸੋ ਕੀ ਵਿਚਾਰਧਾਰੇ। ਪਹਿਲਾਂ ਤਾਂ ਵੈਲਕਮ ਬੈਕ ਜੀ, ਤੁਸੀਂ ਬੜਾ ਦਿਨਾਂ ਬਾਅਦ ਦੇਖੇ। ਮਿਹਰਬਾਨੀ ਭਾਈ ਸਾਹਿਬ, ਤੇ ਪਰਮਾਤਮਾ ਤੁਹਾਨੂੰ ਮਤਲਬ ਵਧੀਆ ਸਿਹਤ ਅੱਗੇ ਦੇਵੇ। ਮਿਹਰਬਾਨੀ ਮਿਹਰਬਾਨੀ, ਐਂਡ ਵੈਲਕਮ ਟੂ ਫੋਲਡ। ਮਿਹਰਬਾਨੀ ਭਾਈ ਸਾਹਿਬ। ਭਾਅ ਜੀ ਆਪਣਾ ਤੁਸੀਂ ਪਹਿਲਾਂ ਹੀ ਪ੍ਰਗਟ ਭਾਅ ਜੀ ਦੀ ਗੱਲਾਂ ਮੈਂ ਸੁਣ ਰਿਹਾ ਸੀਗਾ, ਅਤੇ ਮੈਂ ਸੁਣਿਆ ਤੁਸੀਂ ਕਿਵੇਂ ਦੱਸਿਆ, ਅਤੇ ਅਸੀਂ ਵੀ ਇਹੀ ਚਾਹੁੰਦੇ ਹਾਂ ਬਸ ਵੀ ਕੋਈ ਨਾ ਕੰਕਰੀਟ ਸੋਚ ਹੋਣੀ ਚਾਹੀਦੀ ਹੈ ਜੀ। ਇਹ ਮਤਲਬ ਆਪਾਂ ਗੱਲਾਂ ਬਾਤਾਂ ਬਹੁਤ ਕਰਦੇ ਹਾਂ ਪਰ ਆਪਾਂ ਇਹਦੇ 'ਤੇ ਕੋਈ ਢੁੱਕਵਾਂ ਸਲਿਊਸ਼ਨ ਨਹੀਂ ਕੱਢਦੇ ਜੀ। ਵੀ ਨੀਡ ਟੂ ਹੈਵ ਅ ਸਲਿਊਸ਼ਨ, ਵੀ ਡੋਂਟ ਨੀਡ ਟੂ ਪ੍ਰਜੈਂਟ ਪ੍ਰੋਬਲਮ ਆਲ ਦਾ ਟਾਈਮ, ਵੀ ਨੀਡ ਟੂ ਕਮ ਵਿਦ ਅ ਸਲਿਊਸ਼ਨ ਐਂਡ ਪ੍ਰਜੈਂਟ ਇਟ, ਐਂਡ ਦੈਨ ਇਫ ਇਟ ਇਜ਼ ਨੋਟ ਗੈਟਿੰਗ ਐਕਸੈਪਟਡ ਫਿਰ ਆਪਾਂ ਨੂੰ ਉਹਦੇ ਵਾਸਤੇ ਜ਼ਰੂਰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜੀ। ਆਪਾਂ ਹਮੇਸ਼ਾ ਨਾ ਪ੍ਰੋਬਲਮ ਸਟੇਟ ਕਰੀ ਜਾਂਦੇ ਹਾਂ ਵੀ ਸਾਨੂੰ ਆਹ ਦਿੱਕਤ ਆ, ਦਿੱਕਤ ਆ, ਦਿੱਕਤ ਆ, ਸਾਰਿਆਂ ਨੂੰ ਦਿਖਦੀ ਹੈ ਜੀ, ਪਰ ਉਹਦਾ ਸਲਿਊਸ਼ਨ ਕਿਹਨੇ ਕੱਢਣਾ? ਆਪਾਂ ਨੇ ਕੱਢਣਾ, ਅਤੇ ਆਪਾਂ ਨੂੰ ਇਕੱਠੇ ਹੋ ਕੇ ਅਤੇ ਸਾਰਿਆਂ ਨੂੰ ਇਹਦੇ 'ਚੋਂ ਨਿਕਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਤੁਸੀਂ ਦੇਖੋਗੇ ਵੀ ਪਿਛਲੇ 5-7 ਸਾਲਾਂ 'ਚ ਐਨ ਆਰ ਆਈ ਇਨਵੈਸਟਮੈਂਟ ਬੰਦ ਹੋ ਗਈ ਜਮ੍ਹਾਂ ਹੀ ਪੰਜਾਬ 'ਚ ਜੀ, ਉਹਦਾ ਰੀਜ਼ਨ ਵੀ ਇਹੀ ਹੈ ਜੀ। ਆਪਾਂ ਬਲੈਕ ਹੋਲ 'ਚ ਪੈਸੇ ਪਾ ਕੇ ਕੀ ਕਰਨਾ? ਠੀਕ ਹੈ, ਬਿਲਕੁਲ ਠੀਕ ਹੈ ਨਾ। ਸੋ ਜੇ ਆਪਣੇ ਕੋਲ ਸਲਿਊਸ਼ਨ ਹੋਏਗਾ, ਵੈਨ ਵੀ ਵਿਲ ਹੈਵ ਵੈਲਕਮਿੰਗ ਪੰਜਾਬ, ਦੈਨ ਵਿਲ ਗੈਟ ਦੇਅਰ। ਬਿਲਕੁਲ, ਬਹੁਤ ਮਿਹਰਬਾਨੀ ਗਗਨ ਜੀ, ਬਿਲਕੁਲ ਠੀਕ ਹੈ। ਪਾਰਟੀਆਂ ਨੂੰ ਸਲਿਊਸ਼ਨ ਓਰੀਐਂਟਡ ਆਪਣੀਆਂ ਨੀਤੀਆਂ ਜਿਹੜੀਆਂ ਵਾ ਉਹ ਜ਼ਾਹਿਰ ਕਰਨੀਆਂ ਚਾਹੀਦੀਆਂ ਵਾ, ਉਹ ਉਜਾਗਰ ਕਰਨੀਆਂ ਚਾਹੀਦੀਆਂ, ਉਹ ਲੋਕਾਂ ਕੋਲ ਲੈ ਕੇ ਆਉਣੀਆਂ ਚਾਹੀਦੀਆਂ। ਔਰ ਡੈਫੀਨੇਟਲੀ ਇਨਫੈਕਟ ਆਮ ਆਦਮੀ ਪਾਰਟੀ ਇਸੇ ਪਾਸੇ ਹੀ ਇਹੋ ਹੀ ਵਿਚਾਰ ਕਰ ਰਹੀ ਹੈ। ਜਦੋਂ ਹੁਣ ਪੰਜਾਬ ਡਾਇਲੋਗ ਸ਼ੁਰੂ ਹੋਊਗਾ, ਉਸ ਤੋਂ ਬਾਅਦ ਪੰਜਾਬ ਡਾਇਲੋਗ ਲੋਕਾਂ ਦੇ ਵਿਊਜ਼ ਲੈ ਕੇ ਫਿਰ ਮੈਨੀਫੈਸਟੋ ਜਦੋਂ ਬਣੂਗਾ, ਉਹਦੇ 'ਚ ਕੋਸ਼ਿਸ਼ ਇਹੋ ਹੀ ਹੋਊਗੀ ਵੀ ਹਰ ਵਰਗ ਦਾ ਕੋਈ ਨਾ ਕੋਈ, ਸਿਰਫ ਕਿਸਾਨਾਂ ਦਾ ਨਹੀਂ, ਹਰ ਵਰਗ ਦਾ, ਭਾਵੇਂ ਉਹ ਆਂਗਣਵਾੜੀ ਵਰਗ ਆ, ਭਾਵੇਂ ਉਹ ਟੀਚਰਸ ਆ, ਭਾਵੇਂ ਉਹ ਡਾਕਟਰਸ ਆ, ਇੰਜੀਨੀਅਰਸ ਆ, ਇੰਡਸਟਰੀਲਿਸਟ ਆ, ਹਰ ਵਰਗ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਦਾ ਹੱਲ ਲੈ ਕੇ ਆਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਕੁਝ ਚੀਜ਼ਾਂ ਔਖੀਆਂ ਜ਼ਰੂਰ ਲੱਗਦੀਆਂ, ਪਰ ਮੇਰੇ ਖਿਆਲ ਉਹਨਾਂ ਦਾ ਵੀ ਹੱਲ ਹੈ, ਨਥਿੰਗ ਇਜ਼ ਇੰਪੋਸੀਬਲ। ਸੋ ਡੈਫੀਨੇਟਲੀ ਇੱਕ ਇਸ ਪਾਸੇ ਨੂੰ ਵਿਚਾਰ ਵਟਾਂਦਰਾ ਹੋ ਰਿਹਾ ਵਾ, ਬਾਕੀ ਪਾਰਟੀਆਂ ਵੀ ਕਰ ਰਹੀਆਂ, ਐਵੇਂ ਮੈਂ ਕਹਾਂ ਕਿ ਸਿਰਫ ਸ਼ਾਇਦ ਆਮ ਆਦਮੀ ਪਾਰਟੀ ਕਰ ਰਹੀ ਆ, ਨਹੀਂ, ਕਾਂਗਰਸ ਨੇ ਤੁਸੀਂ ਵੇਖਿਆ ਹੀ ਆ, ਸਟ੍ਰੈਟਜਿਸਟ ਲੈ ਕੇ ਆਉਂਦੇ ਆ ਪ੍ਰਸ਼ਾਂਤ ਕਿਸ਼ੋਰ, ਇਹ ਪਤਾ ਨਹੀਂ ਵੀ ਉਹ ਪ੍ਰਸ਼ਾਂਤ ਕਿਸ਼ੋਰ ਜਿਹੜੀ ਸਟ੍ਰੈਟਜੀ ਆ ਉਹ ਲੋਕਾਂ ਨੂੰ ਬੇਕੂ ਬਣਾਉਣ ਲਈ ਆ ਜਾਂ ਲੋਕਾਂ ਨੂੰ ਲਭਾਉਣ ਵਾਸਤੇ ਆ, ਕਿ ਵਾਕਈ ਉਹ ਆਪਣੀਆਂ ਪੋਲਿਸੀਜ਼ ਨਵੀਆਂ ਨੀਤੀਆਂ ਲੈ ਕੇ ਆ ਰਹੇ ਕਿ ਨਹੀਂ ਆ ਰਹੇ, ਇਹ ਮੈਨੂੰ ਨਹੀਂ ਪਤਾ ਇਹਦੇ ਬਾਰੇ, ਲੇਕਿਨ ਕੋਸ਼ਿਸ਼ਾਂ ਸਾਰਿਆਂ ਦੀਆਂ ਹੀ ਇਸ ਵੇਲੇ ਜ਼ਰੂਰ ਹੋ ਰਹੀਆਂ ਵਾਂ। ਪਰ ਇਹ ਜ਼ਰੂਰ ਮੈਂ ਕਹਿਣਾ ਚਾਹੁੰਦਾ ਵਾਂ ਵੀ ਮੈਂ ਕਿਸੇ ਵਰਗ ਦੇ ਖਿਲਾਫ ਨਹੀਂ, ਮੈਂ ਕਿਸੇ ਧਰਮ ਦੇ ਬਿਲਕੁਲ ਬਾਰੇ ਟਿੱਪਣੀ ਨਹੀਂ ਕਰਨੀ ਚਾਹੁੰਦਾ, ਮੈਂ ਕਿਸੇ ਸੰਤ ਮਹਾਤਮਾ ਬਾਰੇ ਟਿੱਪਣੀ ਨਹੀਂ ਕਰਨੀ ਚਾਹੁੰਦਾ। ਆਪਾਂ ਪੰਜਾਬ ਜਿਹੜਾ ਵਾ ਇਹ ਤਾਂ ਵਾਕਈ ਮੀਰਾਂ ਪੀਰਾਂ ਦੀ ਧਰਤੀ ਆ, ਇਹਦੇ ਬਾਰੇ ਮੈਂ ਬਿਲਕੁਲ ਟਿੱਪਣੀ ਨਹੀਂ ਕਰਨੀ ਚਾਹੁੰਦਾ। ਪਰ ਸਿਰਫ ਵੋਟਾਂ ਲੈਣ ਵਾਸਤੇ ਕਹਿ ਦਈਏ ਜੀ ਅਸੀਂ ਆਹ ਮੈਮੋਰੀਅਲ ਬਣਾਤਾ, ਉਹ ਮੈਮੋਰੀਅਲ ਬਣਾਤਾ, ਮੇਰੇ ਖਿਆਲ ਹੁਣ ਸਮਾਂ ਆ ਗਿਆ ਵਾ ਵੀ ਲੋਕਾਂ ਦੇ ਪ੍ਰਤੀ ਆਪਾਂ ਕੁਝ ਕਰੀਏ। ਸਿਰਫ ਇਹ ਮੈਮੋਰੀਅਲ ਬਣਨ ਦੇ ਨਾਲ ਮੇਰਾ ਨਹੀਂ ਖਿਆਲ ਵੀ ਲੋਕਾਂ ਦੀਆਂ ਪ੍ਰੋਬਲਮ ਸੋਲਵ ਹੋ ਜਾਣੀਆਂ। ਠੀਕ ਆ, ਇਹ ਵੀ ਬਣਨੇ ਚਾਹੀਦੇ ਸੀਗੇ, ਓਵਰ ਦੀ ਈਅਰਸ ਬਣਨੇ ਚਾਹੀਦੇ ਸੀ, ਹੁਣ ਸਡਨਲੀ ਲੋਕਾਂ ਨੂੰ ਯਾਦ ਆ ਗਿਆ ਕਿ ਇਸ ਸੰਤ ਦਾ ਮੈਮੋਰੀਅਲ ਹੁਣ ਬਣਾਉਣ ਦੀ ਲੋੜ ਆ। ਕੀ ਗੱਲ, 300 ਸਾਲ ਜਾਂ 500 ਸਾਲ ਪਹਿਲਾਂ ਨਹੀਂ ਕਿਸੇ ਨੂੰ ਯਾਦ ਆਇਆ ਵੀ ਉਹ ਮੈਮੋਰੀਅਲ ਬਣਨੇ ਚਾਹੀਦੇ? ਜ਼ਰੂਰ ਬਣਨੇ ਚਾਹੀਦੇ ਸੀਗੇ। ਹੁਣ ਵੀ ਮੇਰਾ ਖਿਆਲ ਆ ਜੇ ਉਸ ਵਰਗ ਦੇ ਲੋਕਾਂ ਦਾ ਅਸੀਂ ਕੁਝ ਨਾ ਕੁਝ ਭਲਾ ਕਰ ਸਕੀਏ ਤਾਂ ਉਹ ਬਿਹਤਰ ਹੋਊਗਾ, ਰਾਦਰ ਦੈਨ ਵੀ ਤੁਸੀਂ ਇੱਕ ਇਮਾਰਤ ਖੜੀ ਕਰ ਦਿਓ। ਪਰ ਫਿਰ ਵੀ ਇਹ ਉਸ ਪੋਲਿਸੀ, ਉਸ ਪਾਰਟੀ ਦੀ ਸੋਚ ਆ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ? ਇਹਦੇ ਬਾਰੇ ਜ਼ਰੂਰ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦੱਸਿਓ। ਪਰ ਮੇਰਾ ਖਿਆਲ ਆ ਕਿ ਸਿਰਫ ਲੋਕਾਂ ਨੂੰ ਲਭਾਉਣ ਵਾਸਤੇ ਇਹ ਕੰਮ ਕਰਨਾ ਮੇਰੇ ਖਿਆਲ ਸਹੀ ਨਹੀਂ ਹੋਊਗਾ। ਦੇਖਦੇ ਹਾਂ ਅਗਲੇ ਸਾਡੇ ਸੱਜਣ ਜਿਹੜੇ ਆ ਉਹ ਕੀ ਦ੍ਰਿਸ਼ਟੀਕੋਣ ਰੱਖਦੇ ਆ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਕਮਲਜੀਤ ਸਿੰਘ ਬੋਲ ਰਿਹਾ ਨੈਗਰਾ ਫਾਲਸ। ਥੈਂਕ ਯੂ, ਵੈਲਕਮ ਬੈਕ ਜੀ। ਮਿਹਰਬਾਨੀ ਕਮਲਜੀਤ ਸਿੰਘ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਕਿੱਥੋਂ ਬੋਲ ਰਹੇ ਹੋ ਕਮਲਜੀਤ ਜੀ ਤੁਸੀਂ? ਮੈਂ ਨੈਗਰਾ ਫਾਲ ਨਿਊਯਾਰਕ ਤੋਂ ਬੋਲ ਰਿਹਾ ਜੀ। ਨੈਗਰਾ ਫਾਲ ਨਿਊਯਾਰਕ ਮਤਲਬ ਅਮਰੀਕਾ ਵਾਲੇ ਪਾਸਿਓਂ? ਹਾਂ, ਅਮਰੀਕਾ ਵਾਲੇ ਪਾਸਿਓਂ। ਓਕੇ ਓਕੇ, ਹਾਂਜੀ ਕਮਲਜੀਤ ਜੀ। ਸਰ ਜੀ, ਮੈਂ ਥੋੜ੍ਹੀ ਜਿਹੀ ਤੁਹਾਨੂੰ ਪਾਣੀਆਂ ਦੀ ਡਿਸਕਸ਼ਨ ਕਰਨੀ ਚਾਹੁੰਦਾ। ਹਾਂ ਹਾਂ, ਦੱਸੋ।
मैं तुसी तां आम पार्टी चो ही हां, बड़ा बड़ा मुद्दा है आम पार्टी नूं भी घेरिया केजरीवाल साहब नूं भी जी भी पानी दा जिहड़ा मसला है अरमेनियन कानून दे डायरेक्ट जिहड़ा बंड होणी आ पंजाब नहीं हरियाणे दी हिमाचल दी दिल्ली दी जो भी हैगा जी ये बैठ के इन्हां नूं दोहां मतलब स्टेटां नूं फैसला करना चाहिए इत्थे पॉलिटिक्स नहीं करनी चाहिए जे हरियाणे दा हक बनदा हरियाणे नूं भी देना चाहिए जी ते दिल्ली दे विच जो पानी वध भी जांदा उह दिल्ली वाले सरकार नूं भी पैसे पे करने चाहिए हरियाणे नूं जी तां कि इह कंप्रोमाइज ना बह के फैसला होवे ना कि इत्थे पॉलिटिक्स होवे ठीक है जी क्योंकि जिहड़ा पंजाब आ फार्मर स्टेट आ हरियाणा भी आ भी अकाली दल दी तां इह है इशू इह आ भी हुण फार्मरां दीआं वोटां दा इशू बनाउणा चाहुंदे आ उह जी आम पार्टी नूं इत्थे बहुत समझना काम चाहिए कमल जी जी मैं क्योंकि पिछले जे ऑलमोस्ट महीना मैं बीमार सीगा सो मेरी ये बहुत ही डिटेल दे विच किते गल नहीं हुई लेकिन मैं तुहानू एक गल जरूर मैं पक्की कर क्लीयर कर देना चाहुंदा वां कि आम आदमी पार्टी दा और मेरा अपनी परसनल राय जिहड़ी आ वो पाणियां दे मसले ते बड़ी स्पष्ट है बड़ी क्लीयर आ कि राइपेरियन इंटरनेशनली हेल्ड राइपेरियन लॉ दे तहत ही इहदे ते कोई फैसला होना चाहिए वा ये किसी चंगा लगे माड़ा लगे लेकिन राइपेरियन लॉ जिहड़ा इंटरनेशनल प्रिंसिपल है जिहड़ा सिर्फ उहदे तहत ही इहदा सही फैसला हो सकता वा और इस फैसले दे तहत जिहड़ियां तीन दरिया जिहड़े पंजाब दे वंड आए आ पंजाब दे पासे पंजाब दे हिस्से आए आ रावी ब्यास ते सतलुज इन्हां दी राइपेरियन राइट सिर्फ ते सिर्फ पंजाब दी आ इहदे च कोई शक नहीं क्योंकि हरियाणा पंजाब दा पुराना हिस्सा रहा वा जे हरियाणा दा उस दे हिसाब दे नाल पाणियां दा हिस्सा बनदा वा ते उस हिसाब दे नाल क्योंकि हरियाणा मौजूदा हरियाणा जिहड़ा वा वह यमुना दा इस वेले राइपेरियन राइट रखता वा सो और यमुना दा पाणी दा हिस्सा भी पंजाब नूं फिर आना चाहिए वा सो मैं इहदे ते बड़ा स्पष्ट हाँ राइपेरियन राइट दे तहत राजस्थान दी राइपेरियन राइट दे विच कोई राइट नहीं बनती सो राजस्थान नूं इसका पानी जे जा सकता तो सिर्फ घग्गर दा ते यमुना दा पानी जा सकता वा रावी ब्यास ते सतलुज दा पानी नहीं जा सकता अनलैस कोई उहनां नाल संधि की जाए भी तुसीं तुहानूं असीं पानी देवांगे तुसीं साडे वंडे की दोगे इत्थे मैं तुहानूं एक जिक्र करना चाहुंदा वां मैं इस करके नहीं कह रहा क्योंकि मैं उस इलाके तों हाँ गंगानगर इलाके तों हाँ लेकिन जो 1926 और 28 दे विच जिहड़ी गंगानगर नहर बनी है गंग कनाल जिहनूं बीकानेर कनाल कहिंदे आ देखो उस वेले किन्नी एक फेयर राजनीति उस वेले हुई ये संधि हुई सीगी पंजाब सरकार बीकानेर राज ते बावलपुर स्टेट दे विच इस दे तहत एक 1.11 MAF पानी जिहड़ा वा करीब 2740 क्यूसिक पानी जिहड़ा वा वो राजस्थान नूं पंजाब ने देना सी पर उहदे तहत ऑलमोस्ट 50% पंजाब दे लोकी जिहड़े आ उहनां नूं उत्थे वसण दी इजाजत दित्ती गई इस करके तुसीं वेख्या वा कि गंगानगर दे विच घट तो घट भी 50-60% पंजाबी पंजाब दे हरियाणे दे लोकी उत्थे वसे आ लेकिन जदों 1955 दे विच दोबारा राजस्थान कनाल दी जदों पानी दिता गया राजस्थान कनाल दे जरिए राजस्थान नूं पानी दिता गया तो इहो जी कोई संधि नहीं हुई पंजाबियों नूं उत्थे नहीं वसन दिता गया किन्ना धक्का होया देखो उस राजस्थान नहर करके मुक्तसर ज़िला जिहड़ा वा वह तबाह हो गया वाटर लॉगिंग हो गई सो ताडे इलाकियां दे विच उस नहर करके वाटर लॉगिंग हो गई उस नहर दे उत्ते तुहानूं वसन नहीं दिता गया ताडे किसानां नूं वसन नहीं दिता गया असीं तो यह मंग करते हाँ कि जे उत्थे मुक्तसर इलाके का नुकसान होया तो मुक्तसर इलाके का नुकसान भी राजस्थान सरकार नूं भरना चाहिए वा और मुक्तसर इलाके दे लोकी या मानसे दे लोकी जिथे आ जिहड़े इस वेले विचारे किसान पीड़ित आ उहनां नूं उत्थे राजस्थान दे कनाल दे उत्ते जमीनां दित्तियां जाणी चाहीदियां सो मैं तुहानूं इह कहिण दी कोशिश इह कर रहा वां कि असीं बिल्कुल इहदे ते राजनीति दी कोई कोशिश नहीं इहदे ते एक राइपेरियन राइट दे जरिए ये लड़ाई असी लड़ांगे ये पार्टी दा स्टैंड होगा इहदे ते मैं बड़ा क्लीयर करने की कोशिश कर रहा कुछ लोग ये जरूर कह रहे जी भी अरविंद केजरीवाल हरियाणे तो है इस करके हरियाणे की गल कर रहे बिल्कुल ये नहीं राइपेरियन राइट दे तहत ही इहदा फैसला किया जाऊगा बाकी दिल्ली की गल रही दिल्ली नैशनल कैपिटल है नैशनल कैपिटल आ नैशनल कैपिटल वास्ते पानी जिहड़ा वा वो डिफरेंट सोर्सिस तो मेरे ख्याल स्टेटां नूं एक राजीनामा करके उत्थे पानी जिहड़ा वा वो देना चाहिए वा क्योंकि नैशनल कैपिटल आफ्टर जिहड़ी है वो पानी तो वांझी नहीं रह सकती
ਜ਼ਿਆਦਾ ਪਾਣੀ ਉੱਥੇ ਵਾਕਈ ਆਲਰੇਡੀ ਯਮੁਨਾ ਦਾ ਹੀ ਜਾ ਰਿਹਾ ਵਾ, ਪਰ ਬਾਕੀ ਕਿਸੇ ਰਾਜ ਨੂੰ ਵੀ ਜੇ ਪਾਣੀ ਦੇਣਾ ਪਵੇ ਤਾਂ ਉਹ ਮੇਰੇ ਖਿਆਲ ਦੇਣ 'ਚ ਕਿਸੇ ਨੂੰ ਝਿਜਕਣਾ ਨਹੀਂ ਚਾਹੀਦਾ, ਕਿਉਂਕਿ ਜਦੋਂ ਰਾਜਾਂ ਨੂੰ ਲੋੜ ਪੈਂਦੀ ਆ ਤਾਂ ਕੇਂਦਰ ਹੀ ਉਹਨਾਂ ਦੀ ਮਦਦ 'ਤੇ ਆਉਂਦਾ ਵਾ। ਕੱਲ੍ਹ ਨੂੰ ਭੁਚਾਲ ਆਵੇ, ਕੋਈ ਹੋਰ ਪ੍ਰੋਬਲਮ ਆਵੇ, ਡਰਾਊਟ ਆਵੇ, ਕੇਂਦਰ ਤੋਂ ਅਸੀਂ ਮਦਦ ਦੀ ਆਸ ਕਰਦੇ ਹਾਂ। ਉੱਥੇ ਸਿਰਫ ਪਾਣੀ ਦੇ ਪਾਣੀ ਪੀਣ ਦੇ ਪਾਣੀ ਦੀ ਲੋੜ ਹੈ ਦਿੱਲੀ ਦੀ, ਉਹਦਾ ਪਾਣੀ ਦਾ ਮਸਲਾ ਜਿਹੜਾ ਵਾ ਉਹ ਦਿੱਲੀ ਦਾ ਪਾਣੀ ਦਾ ਮਸਲਾ ਥੋੜ੍ਹਾ ਜਿਹਾ ਵੱਖਰਾ ਕਰਕੇ ਉਹਨੂੰ ਹੱਲ ਕਰਨਾ ਚਾਹੀਦਾ। ਲੇਕਿਨ ਬਾਕੀ ਰਾਜ ਜਿਹੜੇ ਆ ਉੱਥੇ ਸਿਰਫ ਅਤੇ ਸਿਰਫ ਰਾਇਪੇਰੀਅਨ ਰਾਈਟ ਦੇ ਤਹਿਤ ਹੀ ਇਹ ਫੈਸਲਾ ਜਿਹੜਾ ਵਾ ਇਹ ਹੋਣਾ ਚਾਹੀਦਾ ਵਾ। ਇਹ ਮੇਰੀ ਆਪਣੀ ਨਿੱਜੀ ਰਾਏ ਆ, ਇਹਦੇ 'ਤੇ ਮੈਂ ਬਿਲਕੁਲ ਕਲੀਅਰ ਆ, ਕਿਸੇ ਦਿਨ ਮੈਂ ਡਿਬੇਟ ਕਰਨ ਨੂੰ ਵੀ ਤਿਆਰ ਹਾਂ, ਲੇਕਿਨ ਇਹਦੇ 'ਤੇ ਕੋਈ ਇਹ ਕਹੂਗਾ ਜੀ ਅਸੀਂ ਤੁਸੀਂ ਆਹ ਪਾਣੀ ਦੇ ਦਿੱਤਾ ਕਿਸੇ ਨੂੰ, ਬਿਲਕੁਲ ਨਹੀਂ। ਰਾਇਪੇਰੀਅਨ ਰਾਈਟ ਦੇ ਤਹਿਤ ਹੀ ਪਾਣੀ ਜਿਹੜਾ ਵਾ ਇਹ ਦਿੱਤਾ ਜਾਊਗਾ। ਮੈਂ ਇਹਦੇ 'ਤੇ ਕਿਸੇ ਦਿਨ ਡੈਫੀਨੇਟਲੀ ਦੁਬਾਰਾ ਵੀ ਇਹਦੇ 'ਤੇ ਡਿਬੇਟ ਮੈਂ ਇਹਦੇ ਵਿੱਚ ਪ੍ਰੋਗਰਾਮ ਦੇ ਵਿੱਚ ਮਸਲਾ ਲੈ ਕੇ ਆਊਂਗਾ, ਔਰ ਮੈਂ ਤੁਹਾਡੇ ਵੀ ਵਿਚਾਰ ਇਹਦੇ 'ਤੇ ਸਾਂਝੇ ਜ਼ਰੂਰ ਕਰਨਾ ਚਾਹੂੰਗਾ। ਇੱਕ ਅਗਲਾ ਕਾਲਰ ਲੈ ਕੇ ਮੇਰੇ ਖਿਆਲ ਸਮਾਂ ਇੱਕ ਦੋ ਕਾਲ ਹੀ ਅਸੀਂ ਲੈ ਸਕਾਂਗੇ, ਦੇਖਦੇ ਹਾਂ ਅਗਲੇ ਸਾਡੇ ਸੱਜਣ ਜਿਹੜੇ ਆ ਉਹ ਕੀ ਗੱਲ ਕਰਨੀ ਚਾਹੁੰਦੇ। ਹੈਲੋ, ਹੈਲੋ ਸੰਧੂ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਬਖਸ਼ ਮੱਲੀ, ਫਾਰਮਰ ਮੈਂਬਰ ਆਫ ਪਾਰਲੀਮੈਂਟ ਕੈਨੇਡਾ ਤੋਂ। ਹਾਂਜੀ ਹਾਂਜੀ ਗੁਰਬਖਸ਼ ਜੀ, ਬੜੇ ਬੜੀ ਖੁਸ਼ੀ ਹੋਈ ਤੁਹਾਡੀ ਆਵਾਜ਼ ਸੁਣ ਕੇ। ਥੈਂਕ ਯੂ, ਥੈਂਕ ਯੂ। ਮੈਨੂੰ ਜਿਵੇਂ ਮੈਂ ਪਿਛਲੀ ਵਾਰੀ ਆਇਆ ਸੀ ਮੈਨੂੰ ਤੁਹਾਡੇ ਨਾਲ ਬੈਠਣ ਦਾ ਮੌਕਾ ਮਿਲਿਆ ਸੀ ਜੀ, ਮੈਨੂੰ ਹਾਲੇ ਵੀ ਯਾਦ ਆ। ਬਿਲਕੁਲ ਠੀਕ ਹੈ ਜੀ। ਅੱਛਾ ਮੇਰਾ, ਮੈਂ ਤੁਹਾਡੇ ਬਾਅਦ ਸਮਾਂ ਨਹੀਂ ਲੈਂਦਾ ਜੀ। ਹਾਂਜੀ ਭਾਈ, ਜਿਹੜੀ ਲੀਡਰਸ਼ਿਪ ਦੀ ਗੱਲ ਕਰ ਰਹੇ ਸੀ ਨਾ ਆਪਣੇ ਪੰਜਾਬ ਦੀ ਜੀ, ਜਿਹੜਾ ਪੰਜਾਬ ਦੇ ਵਿੱਚ ਲੀਡਰਸ਼ਿਪ ਬਾਰੇ, ਆਮ ਆਦਮੀ ਪਾਰਟੀ ਦੇ ਬਾਰੇ ਚ ਜੀ, ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਹਨਾਂ ਨੂੰ ਸੂਨਰ ਡਿਸੀਜਨ ਕਰਨਾ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਹੜਾ ਮੁੱਖ ਮੰਤਰੀ ਹੈ ਉਹ ਕੌਣ ਹੋਣਾ ਚਾਹੀਦਾ ਲੀਡਰ ਇਹਨਾਂ ਦਾ, ਕਿਉਂਕਿ ਮੇਰਾ ਆਪਣਾ 6 ਟਰਮ ਦਾ ਮੈਂਬਰ ਆਫ ਪਾਰਲੀਮੈਂਟ ਦੇ ਤੌਰ ਤੇ 6 ਵਾਰੀ ਕੈਨੇਡਾ ਦਾ ਐਕਸਪੀਰੀਅੰਸ ਹੈ ਜੀ, ਔਰ ਵੈਸੇ ਵੀ ਪੋਲੀਟਿਕਸ ਦੇ ਵਿੱਚ, ਪ੍ਰੋਵਿੰਸ਼ੀਅਲ ਦੇ ਵਿੱਚ ਵੀ, ਸਾਰੇ ਸੂਬਿਆਂ ਦੇ ਵਿੱਚ ਵੀ ਮੈਂ ਜਾਂਦਾ ਤਾਂ ਰਹਿੰਦਾ, ਇਸ ਕਰਕੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਹਨਾਂ ਨੂੰ ਛੇਤੀ ਡਿਸੀਜਨ ਲੈਣਾ ਚਾਹੀਦਾ ਕਿ ਕੌਣ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਨੇ ਬਣਾਉਣਾ। ਗੁਰਬਖਸ਼ ਜੀ, ਜਦੋਂ ਜਦੋਂ ਤੁਹਾਡੇ ਉੱਥੇ ਪ੍ਰੋਵਿੰਸਿਸ ਹੈ ਜਿਹੜੇ ਸਟੇਟਸ ਆ ਉੱਥੇ ਵੀ ਇਲੈਕਸ਼ਨ ਤੋਂ ਪਹਿਲਾਂ ਹੀ ਅਨਾਊਂਸ ਕਰ ਦਿੰਦੇ ਆ ਵੀ ਸਾਡਾ ਚੀਫ ਮਿਨਿਸਟਰ ਕੌਣ? ਬਿਲਕੁਲ, ਉਹ ਲੀਡਰ ਦੇ ਤੌਰ ਤੇ ਸਾਹਮਣੇ ਲੀਡਰ ਨੂੰ ਲਿਆ ਕੇ ਇਲੈਕਸ਼ਨ ਲੜਦੇ। ਓਕੇ ਓਕੇ ਓਕੇ, ਬਹੁਤ ਵਾਰੀ ਇਹ ਹੋ ਚੁੱਕਾ ਕਿ ਲੀਡਰ ਦੀ ਜਿਹੜੀ ਨਾ ਕਾਮਯਾਬੀ ਕਰਕੇ ਹੀ ਉਹ ਪਾਰਟੀ ਫੇਲ ਹੋ ਜਾਂਦੀ ਹੈ। ਓਕੇ, ਕਿਉਂਕਿ ਉਹ ਲੀਡਰ ਉਸ ਤਰ੍ਹਾਂ ਦੇ ਬਿਆਨ ਦੇ ਦਿੰਦਾ, ਹੋਰ ਹੋ ਜਾਂਦਾ, ਉਹਨੇ ਜਿੱਤੀ ਹੋਈ ਇਲੈਕਸ਼ਨ ਵੀ ਲੀਡਰ ਜਿਹੜਾ ਹਰਾ ਦਿੰਦਾ। ਬਿਲਕੁਲ ਜੀ, ਬਹੁਤ ਮਿਹਰਬਾਨੀ ਗੁਰਬਖਸ਼ ਜੀ, ਬਹੁਤ ਤੁਹਾਡੀ ਕਿਉਂਕਿ ਐਕਸਪੀਰੀਅੰਸ ਆ ਇਹਦੇ ਬਾਰੇ 'ਚ, ਜੇ ਤੁਸੀਂ ਜ਼ਿਆਦਾ ਐਕਸਪਲੇਨੇਸ਼ਨ ਚਾਹੁੰਦੇ ਫੈਕਟ ਐਂਡ ਫਿਗਰ ਦੇ ਨਾਲ, ਅਤੇ ਤੁਹਾਡੇ ਕੋਲ ਖੁੱਲ੍ਹਾ ਟਾਈਮ ਹੋਵੇ ਤਾਂ ਆਪਾਂ ਆ ਕੇ ਮੈਂ ਦੱਸ ਵੀ ਸਕਦਾ ਵੀ ਕਿਉਂ ਜ਼ਰੂਰੀ ਹੈ ਲੀਡਰ ਨੂੰ ਲਿਆਉਣਾ ਇਲੈਕਸ਼ਨ ਤੋਂ ਪਹਿਲਾਂ ਸੂਨਰ। ਕੋਈ ਗੱਲ ਨਹੀਂ, ਵੀ ਵਿਲ ਡਿਸਕਸ ਇਟ ਜੀ, ਬਿਲਕੁਲ ਡਿਸਕਸ ਕਰਾਂਗੇ। ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ। ਅਸੀਂ ਪੰਜਾਬ ਦੀ ਰਾਜਨੀਤੀ ਦੀ ਗੱਲ ਕਰ ਰਹੇ ਹਾਂ, ਇਸ 'ਚ ਕੋਈ ਸ਼ੱਕ ਨਹੀਂ ਕਿ ਅਮਰਿੰਦਰ ਸਿੰਘ ਬੇਹੱਦ ਕੋਸ਼ਿਸ਼ ਕਰ ਰਹੇ ਆ, ਪਰ ਇਸ ਦੇ ਬਾਵਜੂਦ ਪਾਰਟੀ 'ਚ ਹਾਲੇ ਵੀ ਕਾਂਗਰਸ ਦੇ ਵਿੱਚ ਬਗਾਵਤ ਦੇ ਸੁਰ ਸੁਣੇ ਜਾ ਸਕਦੇ ਆ। ਪਹਿਲਾਂ ਪ੍ਰਤਾਪ ਸਿੰਘ ਬਾਜਵਾ, ਹੁਣ ਬੀਰ ਦਵਿੰਦਰ ਸਿੰਘ ਅਤੇ ਜਗਮੀਤ ਬਰਾੜ। ਮੇਰਾ ਨਹੀਂ ਖਿਆਲ ਕਿ ਪ੍ਰਸ਼ਾਂਤ ਕਿਸ਼ੋਰ ਕੋਲ ਇਹਨਾਂ ਚੀਜ਼ਾਂ ਦਾ ਕੋਈ ਹੱਲ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਪਾਣੀਆਂ ਦੇ ਮਸਲੇ 'ਤੇ ਅਕਾਲੀ ਦਲ ਨੇ ਇੱਕ ਬਹੁਤ ਵੱਡੀ ਚਾਲ ਇਸ ਵੇਲੇ ਚੱਲੀ ਆ, ਪਰ ਕੀ ਇਸ ਚਾਲ ਨਾਲ ਕਿਸਾਨ ਇਸ ਗੱਠਜੋੜ ਦੇ ਹੱਕ ਵਿੱਚ ਹੋ ਜਾਣਗੇ, ਇਹ ਵੀ ਮੈਨੂੰ ਨਹੀਂ ਲੱਗਦਾ। ਕਿਉਂਕਿ ਜਿਵੇਂ ਕਿਸਾਨ ਜਿਹੜੇ ਆ ਖੁਦਕੁਸ਼ੀਆਂ ਕਰ ਰਹੇ ਆ, ਉਹਦੇ ਤੋਂ ਇੱਕ ਜਿਹੜਾ ਇੱਕ ਰੁਝਾਨ ਆ ਉਹ ਬੜਾ ਕਲੀਅਰ ਇਸ ਵੇਲੇ ਹੈ। ਉੱਧਰ ਲੋਕਾਂ 'ਚ ਆਪ ਦੀ ਛਵੀ ਜਿਹੜੀ ਆ ਕਾਫੀ ਚੰਗੀ ਲੱਗਦੀ ਹੈ, ਲੇਕਿਨ ਜਿਵੇਂ ਤੁਸੀਂ ਸਾਰਿਆਂ ਨੇ ਕਿਹਾ ਔਰ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਦੇ ਮਸਲਿਆਂ ਪ੍ਰਤੀ ਆਪਣੀ ਰਣਨੀਤੀ ਅਤੇ ਪੋਜੀਸ਼ਨ ਸਾਫ਼ ਕਰਨੀ ਪਵੇਗੀ। ਜਿਵੇਂ ਹੁਣ ਗੁਰਬਖਸ਼ ਮੱਲੀ ਜੀ ਨੇ ਵੀ ਕਿਹਾ ਵਾ ਕਿ ਆਪਣਾ CM ਕੈਂਡੀਡੇਟ ਵੀ ਜਿੰਨੀ ਛੇਤੀ ਹੋ ਸਕੇ ਅਨਾਊਂਸ ਕਰਨਾ ਪਊਗਾ। ਦਿੱਲੀ ਤੋਂ ਹਟ ਕੇ ਪੰਜਾਬ ਦੇ ਮਸਲੇ ਅੱਡ ਨੇ ਅਤੇ ਇਹਨਾਂ ਨੂੰ ਸਮਝਣ ਦੀ ਸਖ਼ਤ ਲੋੜ ਹੈ। ਇਹ ਠੀਕ ਹੈ ਕਿ ਕੁਝ ਲੋਕ ਹਰ ਦਿਨ ਪਾਰਟੀ ਵਿੱਚ ਆਪ ਦੇ ਵਿੱਚ ਸ਼ਾਮਿਲ ਹੋ ਰਹੇ ਆ, ਪਰ ਸਿਰਫ ਇਹਦੇ ਨਾਲ ਗੱਲ ਨਹੀਂ ਬਣਨੀ। ਪੈਂਡਾ, ਜਿਵੇਂ ਪ੍ਰਗਟ ਬਲ ਹੋਣਾ ਨੇ ਕਿਹਾ ਸੀ, ਦਿੱਲੀ ਕਾਫੀ ਦੂਰ ਆ, ਪੈਂਡਾ ਹਾਲੀ ਕਾਫੀ ਦੂਰ ਆ। ਹੁਣ ਸਮਾਂ ਖਤਮ ਹੋ ਰਿਹਾ, ਹੁਣ ਆਪਾਂ ਕੱਲ੍ਹ ਮਿਲਾਂਗੇ। ਕੱਲ੍ਹ ਆਪਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਏ ਜਾ ਰਹੇ ਅਭਿਆਨ ਕੌਫੀ ਵਿਦ ਕੈਪਟਨ ਦੀ ਗੱਲ ਕਰਾਂਗੇ। ਜ਼ਾਹਿਰ ਹੈ ਕਿ ਇਸ ਅਭਿਆਨ ਜ਼ਰੀਏ ਸਾਬਕਾ ਮੁੱਖ ਮੰਤਰੀ ਲੋਕਾਂ 'ਚ ਵਿਚਰਨ ਦੀ ਕੋਸ਼ਿਸ਼ ਕਰ ਰਹੇ ਆ, ਕਿ ਇਸ ਦੇ ਕਾਂਗਰਸ ਲਈ ਸਹੀ ਨਤੀਜੇ ਨਿਕਲਣਗੇ, ਇਹ ਆਪਾਂ ਕੱਲ੍ਹ ਗੱਲ ਕਰਾਂਗੇ। ਸੋ ਅੱਜ ਇੰਨਾ ਹੀ, ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।